सही बैठ जाएंगे भाई, बैठे हैं सही पे, अद्ध अद्ध बैठा हो जाएगा। मैं गल नहीं सुनाउणी भाई, मेरा मूँह वेखे ना देखे ना, वो कोई चक्कर नहीं हैगा। बस ठेकेदार जिहड़े बड़े मच्छ है ना, बड़े मच्छ, बड़े सिर वाले मच्छ देखे दरिया दे विच हुंदे आ भाई, वो छोटी मच्छी खांदे हुंदे आ। पर मिल रहा 39-40 बंदे हो गए, 50 कर दो ते आपां गल शुरू कर दांगे। हाँ होया कुछ नहीं, चल भाई बस दस दें, 50 बंदे हो जाते, आपां नाल दी नाल कम शुरू कर दांगे। कुछ राह दे रोड़े बनते भाई यार, उन्होंने हाथ जोड़ के बेनती करना चाहना मैं, तो है ना भी मेरा कोई किसी नाल कोई कंपेरिजन नहीं अपना, ना ही किसी नाल कोई मुकाबला, ना ही मैं किसी कोई कंपीट करना, ना ही किसी बीट करना चाहना है ना। मैं 50 बंदे का हो गए पूरे भाई, धन्यवाद जिहड़े वीरां ने शेयर किया ना। गल आ बई कुछ है ना, जिहड़े सीनियर कमेटर क्रिकेट दे विच जिहड़े नवें बंदे दीआं खिचदे आ लत्तां, ठीक है, मान ला जे कोई 61,000 कप आ, 71,000 कप आ, उत्थे मान ला जो कोई नवां बंदा जांदा, मैं जाना जां कोई होर भी बंदा जांदा ना, तां देख के इहनां दी लाट बज जांदी आ, लाट बई लाल हो जांदे आ वी आह बंदा इत्थे तक क्यों आ गया। ਤਾਂ ਹੀ ਲਾਈਵ ਹੋਇਆ ਬਈ, ਮੇਰਾ ਕੋਈ ਹੋਰ ਨੂੰ ਜੀਅ ਨਹੀਂ ਕਰਦਾ ਜੀ ਹੈ ਨਾ। ਹਰ ਇੱਕ ਬੰਦਾ ਬਈ ਆਪਦੇ ਕਰਮ ਖਾਂਦਾ ਹੈ ਨਾ, ਕਿਸੇ ਦੀ ਰੋਟੀ ਕੋਈ ਨਹੀਂ ਖੋ ਸਕਦਾ। ਮੇਰੇ ਨਾਲ 3-4 ਵਾਰੀ ਹੋ ਗਈ ਬਈ, ਅਤੇ ਤਾਂਹੀਓ ਮੈਂ ਲਾਈਵ ਘੱਟ ਗਏ ਬੰਦੇ ਬਈ, 50 ਵਧਾ ਦਿਓ, ਘਟੋ ਨਾ ਬੰਦੇ। ਗੁਰਪ੍ਰੀਤ ਆ ਗਿਆ ਬਾਈ, ਹਾਂ ਪ੍ਰੀਤ ਭੁੱਲਰ ਆ ਜਾ, ਕੋਈ ਚੱਕਰ ਨਹੀਂ। ਖੁਸ਼ੀ ਗੁਰੂ ਸਰ ਸਾਡਾ ਵੀਰ ਆ, ਖੁਸ਼ੀ ਗੁਰੂ ਸਰ ਬਾਈ ਦਾ ਵੀ ਬਹੁਤ ਵੱਡਾ ਧੰਨਵਾਦ ਹੈ ਨਾ, ਕਾਲਾ ਵੀਰੋ ਕਹਿਣਾ ਬਾਈ ਜੁੜਿਆ ਹੋਇਆ। ਇਹ ਕੁਛ 4-5 ਬੰਦੇ ਨੇ ਜਿਹੜੇ ਬਈ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹੈ ਨਾ, ਜਿਹੜੇ ਭਰਾਵਾਂ ਨੇ ਦੱਸਿਆ ਵੀ ਹਾਂ ਫੀਲਡ ਵੀ ਹੁੰਦਾ ਅਤੇ ਟੀਮ ਵੀ ਹੁੰਦੀ ਹੈ ਨਾ। ਲਾਡੀ ਬੁਰਦਰਾਜਗੜ੍ਹ ਸਾਡਾ ਵੀਰ, ਲਾਡੀ ਕੀ ਹਾਲ ਆ ਬਈ, ਵਧੀਆ ਵਧੀਆ ਲਾਡੀ ਬਈ, ਤੁਸੀਂ ਦੱਸੋ ਹੈ ਨਾ। ਹੋਇਆ ਤਾਂ ਕੁਛ ਨਹੀਂ ਬਈ ਯਾਰ, ਬਸ ਵੱਡੇ ਮਾਸ਼ਾ ਫੀਲਡ 'ਚ ਬੈਠੇ ਸਾਡੀ 'ਚ ਕਮੇਟਰੀ 'ਚ, ਛੋਟੀ ਮੱਛੀ ਨੂੰ ਖਾਂਦੇ ਆ, ਛੋਟੀ ਮੱਛੀ ਨੂੰ ਮਤਲਬ ਜਿਹੜੇ ਨਵੇਂ ਮੁੰਡੇ ਉੱਠਦੇ ਆ, ਇਹਨਾਂ ਦੇ ਦਿਲ 'ਚ ਇੱਕ ਕੀੜਾ, ਇਹਨਾਂ ਦੇ ਦਿਲ 'ਚ ਇੱਕ ਵਹਿਮ ਹੈ ਵੀ 51,000 71,000 ਕੱਪ ਜਿਹੜੇ ਅਸੀਂ ਬੋਲ ਸਕਦੇ ਹਾਂ। ਨਾਮ ਵੀ ਲਊਂ ਉਸਤਾਦ ਜੀ ਮੈਂ, ਬਸ ਹੋਣ ਤੋਂ ਕੰਮ ਸਹੀ, ਲਾਈ ਲਓ ਜੀ, ਦੱਸੋ ਕਿ ਵੀ ਆਵਾਜ਼ ਕਿੰਨਾ ਸਹੀ ਆਉਂਦੀ ਹੈ ਕਿ ਨਾ। ਕੰਮ ਤਾਂ ਦੱਬਿਆ ਹੋਇਆ ਬਈ, ਆਪਾਂ ਤਾਂ ਸਾਢੇ, ਮੈਂ ਆਪਦੀ ਦਾਸਤਾਂ ਦੱਸ ਦੇਣਾ, 14.5 ਸਾਲ ਦਾ ਸੀਗਾ ਬਈ ਜਦੋਂ ਮੰਮੀ ਡੈਡੀ ਛੱਡ ਕੇ ਚੱਲ ਗਏ ਸੀਗੇ। ਪਹਿਲਾਂ ਦਿਹਾੜੀਆਂ ਕਰਦੇ ਰਹੇ, ਹੌਲੀ ਹੌਲੀ ਸਟੈਂਡ ਹੋਏ, ਫਿਰ ਰੱਬ ਨੇ ਕੋਲ ਵਧੀਆ ਰਿਜ਼ਕ ਦਿੱਤਾ ਹੈ ਨਾ, 4 ਭਰਾਵਾਂ 'ਚ ਜਾਣ ਪਛਾਣ ਆ, ਸ਼ੁਕਰ ਆ ਅੱਲਾ ਤਾਲਾ ਦਾ। ਰੋਟੀ ਸੌਖੀ ਖਾਂਦੇ, ਪਰ ਰੋਟੀ ਸੌਖੀ ਜਿਹੜੀ ਖਾ ਸਾਡੀ ਬਈ ਜਰੀ ਨਹੀਂ ਜਾਂਦੀ ਕੁਛ ਕੁ ਬੰਦਿਆਂ ਨੂੰ। ਹੁਣ ਆਪਾਂ ਬਈ ਕਿਸੇ ਟੂਰਨਾਮੈਂਟ 'ਤੇ ਜਾਂਦੇ ਹੈਗੇ, ਹਾਂ 2-4 ਹੀ ਨੇ ਬਈ, ਸਾਰੇ ਨਹੀਂ ਹੁੰਦੇ ਹੈ ਨਾ। ਲਾਲੀ ਬਈ ਨਾਮ ਲੈ ਕੇ ਕਰਾਂਗੇ ਆਪਾਂ, ਇੰਜਣ ਆਪਾਂ ਨਾਮ ਹੀ ਲੈਣਾ, ਕਿਉਂਕਿ ਮੇਰਾ ਕੋਈ ਕਿਸੇ ਨਾਲ ਲੈਣ ਦੇਣ ਨਹੀਂ ਹੈਗਾ। ਆਪਾਂ ਨੂੰ ਕੋਈ ਬੰਦਾ ਜਿਹੜੇ ਸਾਡੇ ਜਿਹੜੇ 4-5 ਬੰਦੇ ਮੇਰੇ ਕੰਟੈਕਟ, ਕਾਲਾ ਵੀਰੋ ਹੋ ਗਿਆ ਭਰਾ, ਅਤੇ ਖੁਸ਼ੀ ਗੁਰੂ ਸਰ ਹੋ ਗਿਆ ਬਾਈ, ਜੈਕੀ ਹੜੌਲੀ ਬਾਈ ਵੀ ਵਧੀਆ ਕੰਮ ਦਿੰਦਾ ਆਪਾਂ ਨੂੰ, ਰਾਜੂ ਭਾਰਦਵਾਜ ਹੋ ਗਿਆ ਢੰਡਿਆਲ ਵਾਲਾ ਹੈ ਨਾ, ਆ ਬਸ 4-5 ਬੰਦੇ ਆ। ਅਤੇ ਲੱਖੀ ਸਤਾਰ ਬਾਈ ਦਾ ਵੀ ਆਪਾਂ ਧੰਨਵਾਦ ਕਰਦੇ ਹਾਂ, ਜ਼ਿੰਦਗੀ ਦਾ ਬਹੁਤ ਕੁਛ ਚੰਗਾ ਮਾੜਾ ਗੱਲਾਂ ਜਿਹੜੀਆਂ ਦੱਸੀਆਂ ਵੀ ਐਂ ਲੋਕਾਂ ਨਾਲ ਵਿਚਰਨਾ ਨਾ, ਸਾਰਿਆਂ ਦਾ ਬਹੁਤ ਵੱਡਾ ਧੰਨਵਾਦ ਕਰਦੇ ਆਪਾਂ। ਬਸ ਆਹੀ 5-7 ਬੰਦੇ ਆ ਜਿਹੜੇ ਆਪਣੀ ਜ਼ਿੰਦਗੀ ਦੇ ਖਾਸ, ਆਪਣਾ ਕੋਈ ਬਾਹਲਾ ਵੱਡਾ ਸਰਕਲ ਨਹੀਂ ਹੈਗਾ। ਅਤੇ ਹਾਂ ਬਈ ਕਮੈਟਰੀ ਧੰਨਵਾਦ ਬਾਈ, ਤੇਜੀ ਸਿਰਾ ਤਾਂ ਬਸ ਰੱਬ ਨੂੰ ਪਤਾ ਵੀ ਸਿਰਾ ਤਾਂ ਲੋਕਾਂ ਦਾ ਹੈ ਨਹੀਂ ਯਾਰ, ਲੋਕ ਤਾਂ ਦੋਨੇ ਪਾਸੇ ਵੜਦੇ ਹੈ ਨਾ। ਲੋਕ ਤਾਂ ਕਹਿੰਦੇ ਵੀ ਜਿੰਦਰ ਨੂੰ ਬੋਲਣਾ ਹੀ ਨਹੀਂ ਆਉਂਦਾ, ਆਪਾਂ ਹੀ ਮੰਨਦੇ ਵੀ ਮੈਨੂੰ ਬੋਲਣਾ ਨਹੀਂ ਆਉਂਦਾ, ਮੈਂ ਤਾਂ ਟਾਈਮ ਪਾਸ ਦਾ ਕਰਦੇ ਹਾਂ, ਕਿਉਂਕਿ ਆਪਣੇ ਦਿਲ 'ਚ ਕੋਈ ਕੀੜਾ ਨਹੀਂ ਹੈਗਾ ਵੀ ਮੈਂ 61,000 ਕੱਪ ਬੋਲਾਂ, 1,00,000 ਵਾਲਾ ਕੱਪ ਬੋਲਾਂ ਬਈ, ਮੈਂ ਤਾਂ 4,400 'ਤੇ ਬੋਲ ਦਿੰਦਾ, 3,100 'ਤੇ ਬੋਲ ਦਿੰਦੇ, ਲੀਗਾਂ 'ਤੇ ਵੀ ਬੋਲ ਦਿੰਦੇ ਹਾਂ ਬਈ, ਬਿਨਾਂ ਮੈਚ ਤੋਂ ਵੀ ਬੋਲ ਦਿੰਦੇ ਹਾਂ। ਆਪਣੇ ਦਿਲ 'ਚ ਉਹ ਵਹਿਮ ਹੀ ਹੈ ਨਹੀਂ ਵੀ ਮੈਂ ਕੋਈ ਬਾਹਲਾ ਵੱਡਾ ਕੱਪ ਬੋਲਾਂ, ਜਾਂ ਮੈਂ ਕੋਈ ਸਟਾਰ ਹਾਂ, ਜਾਂ ਕੋਈ ਉਹ ਆਪਣੇ ਉਹਦਾ ਕੀੜਾ ਹੀ ਹੈੜੀ ਦਿਮਾਗ 'ਚ। ਸਰਜੀਤ ਸੰਧੂ ਬਾਈ ਵੀ ਜੁੜ ਗਿਆ, ਸੰਧੂ ਸਾਹਿਬ ਸ਼ੇਅਰ ਕਰ ਦਿਓ ਬਾਈ, ਸੰਧੂ ਸਾਹਿਬ ਬਾਈ ਹੁਣਾਂ ਨੂੰ ਵੀ ਮਿਲੇ ਆਪਾਂ ਕਰਤਾਰਪੁਰ, ਪਹਿਲੀ ਵਾਰ ਮਿਲੇ ਜ਼ਿੰਦਗੀ 'ਚ, ਅਤੇ
ਘੈਂਟ ਬੰਦਾ ਸੰਧੂ ਬਾਈ ਵੀ, ਵਧੀਆ ਸਪੋਰਟ ਕਰਦੇ ਆ। ਸਾਹਮਣੇ ਸ਼ੇਅਰ ਕਰ ਦੇ ਦਾਨੇ ਵਾਲੀ ਆ, ਬੰਦੇ ਜੋੜੀ ਰੱਖੋ ਬਸ, ਆਪਾਂ ਕਰਦੇ ਹਾਂ ਗੱਲ। ਵਧੀਆ ਵਧੀਆ ਸੰਧੂ ਸਾਹਿਬ, ਤੁਸੀਂ ਦੱਸੋ ਜੀ, ਸ਼ੇਅਰ ਕਰ ਦਿਉ ਬਸ ਜੀ ਲਾਈਵ ਆਪਣਾ ਨਾ, ਕਿਉਂਕਿ ਨਾ ਹੀ ਤਾਂ ਮੈਂ ਲਾਈਵ ਡਿਲੀਟ ਕਰਨਾ ਨਾ ਹੀ ਮੈਂ ਕੱਟਣਾ, ਜਿੰਨੇ ਬੰਦਿਆਂ ਕੋਲ ਜਾਊ ਉਨਾ ਵਧੀਆ, ਕਿਉਂਕਿ ਮੈਂ ਲਾਉਣੇ ਆ ਲੋਕਾਂ ਦੇ ਚਿਹਰਿਆਂ ਤੋਂ ਨਕਾਬ, ਜਿਹੜੇ ਬੰਦੇ ਆ ਕਾਸਕੋ ਦੇ ਠੇਕੇਦਾਰ ਵੀ ਕਾਸਕੋ ਸਾਡੀ ਮੁੱਠੀ 'ਚ ਆ, ਸਾਡੇ ਬਿਨਾਂ ਚੱਲਦੀ ਨਹੀਂ, ਜਿਹੜੇ ਵਹਿਮ ਪਾਲੀ ਬੈਠੇ ਆ, ਜਿਹੜੇ ਕਾਸਕੋ ਦੇ ਰੱਬ ਬਣਦੇ ਆ। ਸ਼ੇਅਰ ਕਰ ਦਿਉ ਸਾਰੇ ਜਣੇ, ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਈ। ਗੱਲ ਪਤਾ ਕੀ ਆ, ਮੈਂ ਗਿਆ ਢੱਡੇ ਫਗਵਾੜੇ ਟੂਰਨਾਮੈਂਟ 'ਤੇ, ਗੱਲ ਜਿਸ ਤੋਂ ਸ਼ੁਰੂ ਹੋਈ ਬਾਈ, ਮੇਰੇ ਨਾਲ ਪਹਿਲਾ ਵਾਕਾ ਹੋਇਆ ਦੁਆਬੇ 'ਚ, ਮਨਿੰਦਰ ਢੱਡੇ ਹੋਣੀ, ਕਰਨਵੀਰ ਬਾਬਾ ਜੀ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਹੈ ਨਾ, ਬਹੁਤ ਵਧੀਆ ਟੂਰਨਾਮੈਂਟ ਹੋਇਆ ਸੀਗਾ ਉਹ। ਉੱਥੇ ਗਿਆ ਬਾਈ ਮੈਂ, ਦੋ ਦਿਨ ਪਹਿਲੇ ਦੋ ਦਿਨ ਬੋਲਿਆ, ਲਾਸਟ ਦੋ ਦਿਨ ਬੋਲਿਆ, ਪਹਿਲੇ ਦਿਨ ਬੋਲਿਆ ਬਾਈ ਚਲੋ, ਉੱਥੇ ਕਮੈਂਟੇਟਰ ਵਾਲੇ ਸੀਗੇ, ਕੋਈ ਨਹੀਂ ਹਿਸਾਬ ਕਿਤਾਬ ਦਾ ਬਣਿਆ, ਮੈਂ ਚੱਲ ਕੋਈ ਗੱਲ ਨਹੀਂ। ਲਾਸਟ ਦਿਨ ਬਾਈ ਮੈਂ ਸਵੇਰੇ ਪੂਲ ਕਲੀਅਰ ਮੈਚ ਰਹਿੰਦਾ ਸੀਗਾ, ਸ਼ਾਇਦ ਇੱਕ ਪੂਲ ਕਲੀਅਰ ਮੈਚ ਬੋਲਤਾ, ਸ਼ਾਮ ਦੇ ਬਾਈ ਵੱਜ ਗਏ 5:30, ਦੂਜਾ ਸੈਮੀ ਮੈਚ ਸ਼ੁਰੂ ਹੋ ਗਿਆ। ਉੱਥੇ ਮੱਛ ਸੀਗੇ, ਮੱਛ ਬਾਈ ਜਿਹੜੇ ਕਾਸਕੋ ਦੇ ਕਹਾਉਂਦੇ ਆ ਵੀ ਸਾਡੇ ਬਿਨਾਂ ਕੁਛ ਨਹੀਂ ਹੈਗਾ, ਵੀ ਸਾਡੇ ਨਾਲ ਕਾਸਕੋ ਆ, ਅਤੇ ਉਹ ਮੱਛਾਂ ਨੇ ਕੀਤਾ ਮੇਰੇ ਨਾਲ ਧੱਕਾ ਬਾਈ, ਨਾਂ ਵੀ ਨਹੀਂ ਲੈਤਾ ਮੇਰਾ ਵਿਜਿੰਦਰ, ਮੈਂ ਆਪਾਂ ਕਿਸੇ ਟੂਰਨਾਮੈਂਟ 'ਤੇ ਜਾਂਦੇ ਹਾਂ ਬਾਈ ਹੈ ਨਾ, ਅਗਲੀ ਨੂੰ ਪਰਫੋਰਮ ਕਰਕੇ ਦੇਵਾਂਗੇ, ਕਮੇਟੀ ਨੂੰ ਕੀ ਦੱਸਾਂਗੇ ਵੀ ਮੈਂ ਬੋਲਿਆ, ਅਗਲੇ ਕਮੇਟੀ ਫਿਰ ਹੀ ਆਪਾਂ ਨੂੰ 4 ਪੈਸੇ ਪੇਡ ਕਰੂ ਹੈ ਨਾ, ਪੈਸਾ ਸਾਰਾ ਬਾਈ ਮਸਲਾ ਸਾਰਾ ਪੈਸੇ ਦਾ। ਮੈਂ ਤੁਹਾਨੂੰ ਕਹਾਂ ਮੇਰਾ ਸ਼ੌਂਕ ਆ, ਮੇਰਾ ਬਾਈ ਸ਼ੌਂਕ ਵੀ ਆ, ਪ੍ਰੋਫੈਸ਼ਨ ਵੀ ਆ, ਪਰ ਮੇਰਾ ਬਾਈ ਚੁੱਲ੍ਹਾ ਜਿਹੜੀਆਂ 2 ਰੋਟੀਆਂ ਪੱਕਦੀਆਂ ਨਾ ਟੂਰਨਾਮੈਂਟ ਤੋਂ ਪੱਕਦੀਆਂ, ਝੋਨਾ ਵੀ ਹੁਣ ਝੋਨਾ ਲਾਇਆ ਸੀਗਾ, ਕਿਸੇ ਭੈਣ ਚੋਦ ਨੇ ਫੋਨ ਨਹੀਂ ਕਰਕੇ ਪੁੱਛਿਆ ਵੀ ਤੁਜਿੰਦਰ ਟੂਰਨਾਮੈਂਟ ਲਾ ਲਾ ਜਾਂ ਸਾਡੇ ਕੋਲ ਆ ਜਾ, ਤੈਨੂੰ ਕੰਮ ਦਿੰਦੇ ਹਾਂ, ਕਿਸੇ ਨੇ ਨਹੀਂ ਪੁੱਛਿਆ। ਹੁਣ ਜੇ ਬਾਈ ਸਾਨੂੰ ਕੋਈ ਬੁਲਾਉਂਦਾ ਚਾਹੇ ਸੈਟਿੰਗ ਪਾ ਕੇ ਆਉਂਦਾ, ਮੈਂ ਹੀ ਨਹੀਂ ਕਹਿੰਦਾ ਵੀ ਮੈਂ ਸਟਾਰ ਹਾਂ, ਮੈਂ ਫੋਨ ਨਹੀਂ ਕਰਦਾ ਬਾਈ, ਮੇਰਾ ਸਾਰਾ ਕੁਛ ਕਰਦਾ, ਫੋਨ ਵੀ ਕਰਦਾ, ਮੈਸੇਜ ਵੀ ਕਰਦਾ ਬਾਈ, ਕਿਸੇ ਤੋਂ ਕਹਿ ਕਹਾ ਕੇ ਟੂਰਨਾਮੈਂਟ 'ਤੇ ਆਉਂਦਾ, ਕਿਉਂਕਿ ਮੇਰਾ ਕੰਮ ਆ ਬਾਈ, ਕੰਮ ਕਰਨਾ ਆਪਾਂ, ਨਾਂ ਬਣਾਉਣਾ, ਅਤੇ ਨਾਂ ਬਣਾਉਣ ਲਈ ਸਾਰਾ ਕੁਛ ਕਰਨਾ ਪੈਂਦਾ। ਜਿਹੜੇ ਅੱਜ ਕਹਿੰਦੇ ਵੀ ਅਸੀਂ ਫੋਨ ਨਹੀਂ ਕੀਤਾ, ਆਹ ਨਹੀਂ ਕੀਤਾ, ਮੇਰੇ ਕੋਲ ਸਕਰੀਨਸ਼ੋਟ ਪਿਆ, ਪ੍ਰੂਫ ਪਿਆ ਬਾਈ, 150-150 'ਚ ਲੋਕਾਂ ਨੇ ਮਿੰਨਤਾਂ ਕਰਦੇ ਰਹੇ ਆ ਸਾਨੂੰ ਟੂਰਨਾਮੈਂਟ 'ਤੇ ਬੁਲਾ ਲਓ, ਜਿਹੜੇ ਅੱਜ ਕਾਸਕੋ ਦੇ ਰੱਬ ਬਣਦੇ ਆ। ਮੈਂ ਕਿਹਾ ਢੱਡੇ, ਹਾਂ ਦੁਬਾਰੇ ਗੱਲ ਪੁਆਇੰਟ 'ਤੇ ਆਉਣਾ ਬਾਈ, ਮੈਂ ਕਿਹਾ ਢੱਡੇ ਟੂਰਨਾਮੈਂਟ 'ਤੇ ਹੈ, ਉੱਥੇ ਸੀਗਾ ਕਮੈਂਟੇਟਰ ਬਹੁਤ ਵਧੀਆ ਸੀਗੇ, ਸਾਰੇ ਰਹਿਣਾ ਸਾਰੇ ਬੋਲਦੇ ਵਧੀਆ ਬੋਲਦੇ, ਮੇਰਾ ਕਿਸੇ ਨਾਲ ਕੋਈ ਵਿਰੋਧ ਨਹੀਂ, ਕਿਸੇ ਨਾਲ ਮੇਰਾ ਕੋਈ ਵੈਰ ਨਹੀਂ, ਕਿਸੇ ਨਾਲ ਮੇਰੀ ਈਰਖਾ ਨਹੀਂ। ਸਭ ਤੋਂ ਵੱਧ ਫੁੱਦੂ ਬੰਦਾ ਬਾਈ ਕਪਲ ਧੂਰੀ, ਸਿਰੇ ਦਾ ਚਗਲ ਬੰਦਾ ਬਾਈ, ਉਹ ਦਾਰੂ ਪੀ ਕੇ ਪਹਿਲਾਂ ਤਾਂ ਗਰਾਊਂਡ 'ਚ ਜਾਂਦਾ, ਸਭ ਤੋਂ ਫੁੱਦੂ ਗੱਲ ਉਹਦੀ, ਨਵੇਂ ਬੰਦੇ ਨੂੰ ਦੇਖ ਕੇ ਉਹਦੀ ਪਾਟ ਜਾਂਦੀ ਹੈ ਜਮਾਂ ਐ। ਉੱਥੇ ਵੀ ਉਹਦੀ ਮੈਂ ਬੇਇੱਜ਼ਤੀ ਕੀਤੀ ਸੀਗੀ, ਮੈਂ ਤਾਂ ਤੂੰ ਚੰਗੀ ਨਹੀਂ ਕੀਤੀ ਮੇਰੇ ਨਾਲ ਬਈ, 250 ਕਿਲੋਮੀਟਰ ਤੋਂ ਜਾ ਰਿਹਾ ਮੈਂ, ਕਿਸੇ ਗੱਲ ਕਰਕੇ ਗਿਆ, ਬੋਲਣ ਗਿਆ ਕਿਸੇ ਨੇ ਬੁਲਾਇਆ ਹੀ ਆ, ਮੇਰੀ ਵੀ ਰੈਪੂਟੇਸ਼ਨ ਇੱਜ਼ਤ ਆ ਨਾ, ਅਗਲੇ ਨੂੰ ਕੀ ਮੂੰਹ ਦਿਖਾ ਕੇ ਪੈਸੇ ਮੰਗੂਗਾ ਮੈਂ। ਅਪਰ ਬਈ ਸੰਧੂ ਬਾਈ ਮੈਂ ਕਿਹੜਾ ਇਗਨੋਰ ਕਰਦਾ ਵੀ, ਮੈਂ ਤਾਂ ਕਹਿਣਾ ਵੀ ਮੈਂ ਕਰਦਾ ਫੋਨ ਸੰਧੂ ਦਾ, ਤੁਹਾਨੂੰ ਵੀ ਕਿਹਾ ਬਈ ਕੋਈ ਦਿਓ ਸਾਨੂੰ ਮੌਕਾ ਹੈ ਨਾ ਅੱਗੇ ਆਉਣ ਦਾ, ਬੋਲਾਂਗੇ ਤਾਂ ਮੈਂ ਚਲੋ ਕੱਲ੍ਹ ਨੂੰ ਫਿਰ ਹੀ ਪਤਾ ਲੱਗੂ ਹੈ ਨਾ, ਸੈਟਿੰਗਾਂ ਬਿਨਾਂ ਕੁਛ ਨਹੀਂ ਹੈਗਾ, ਸਾਰੇ ਸੈਟਿੰਗਾਂ ਪਾਉਂਦੇ ਆ, ਕੋਈ ਬੰਦਾ 1-2 ਬੰਦੇ ਹੋਣਗੇ ਜਿਹੜੇ ਨਹੀਂ ਪਾਉਂਦੇ ਸੈਟਿੰਗਾਂ ਹੈ ਨਾ, ਬਾਕੀ ਸਾਰਾ ਕੁਛ ਸੈਟਿੰਗ ਹੈ, ਗਰੁੱਪ ਬਣੇ ਹੋਏ ਆ ਬਾਈ, ਠੀਕ ਹੈ, ਮਾਲਵੇ ਵਾਲੇ ਮਾਝੇ ਵਾਲੇ ਨੂੰ ਦਵਾਈ ਜਾਂਦੇ, ਮਾਝੇ ਵਾਲੇ ਮਾਲਵੇ ਵਾਲੇ ਨੂੰ ਦਵਾਈ ਜਾਂਦੇ, ਆਹ ਚੱਕਰ ਆ। ਹਾਂ ਬਾਈ ਜੋ ਟੈਲੈਂਟ ਨਾਲ ਕੋਈ ਕੱਟ ਦੇ ਬੰਦਾ, ਆਪਾਂ ਸ਼ਰਿਆਂ ਹੱਥ ਖੜ੍ਹੇ ਕਰ ਦਾਂਗੇ ਬਾਈ, ਠੀਕ ਆ, ਮੈਂ ਹਾਰ ਗਿਆ ਮੈਂ ਕਮੈਂਟਰੀ ਛੱਡ ਦੂੰ, ਮੇਰੇ ਛੱਡੇ ਨਾਲ ਨਾ ਤਾਂ ਕੋਈ ਫਰਕ ਪੈਂਦਾ ਨਾ ਕੋਈ ਹੋਵੇ, ਕਿਉਂਕਿ ਨਾ ਕਿਸੇ ਨੂੰ ਕੋਈ ਫਰਕ ਪਵੇ। ਇੱਕ ਵਾਰੀ ਉੱਥੇ ਢੱਡੇ ਕੀਤੀ ਕਪਲ ਧੂਰੀ ਨੇ ਬਾਈ, ਉਦੋਂ ਬਾਅਦ ਮੈਂ ਉੱਥੇ ਮੈਂ ਰੌਂਗਲੇ ਨਹੀਂ ਕਿਸੇ ਨੂੰ ਕਹਿ ਸਕਦਾ, ਰੌਂਗਲੇ ਕਿਹਨੇ ਕਟਵਾਇਆ ਮੈਨੂੰ ਕਿਹਨੇ ਨਾ, ਰੌਂਗਲੇ ਕਟਵਾਇਆ ਬਾਈ, ਰੌਂਗਲੇ ਪਟਿਆਲੇ ਸਾਡਾ ਟੂਰਨਾਮੈਂਟ ਸੀਗਾ ਮੇਰੀ, ਉਹਨਾਂ ਨਾਲ 7-8 ਦੀ ਗੱਲ ਹੋਈ ਸੀਗੀ, 7 ਅਤੇ 8 ਤਰੀਕ ਨੂੰ ਜਾਣਾ ਸੀਗਾ, ਪੈਸੇ ਵੀ ਵਧੀਆ ਹੋਏ ਸੀ ਉਹਨਾਂ ਨੇ ਮੈਨੂੰ, 2400-2500 ਰੁਪਏ ਦੀ ਗੱਲ ਹੋਈ ਸੀਗੀ 2 ਦਿਨਾਂ ਦਾ। ਫੋਨ ਵੀ ਮੈਂ ਮੈਸੇਜ ਕੀਤਾ ਸੀਗਾ ਬਾਈਆਂ ਦਾ, ਮੈਨੂੰ ਫੋਨ ਆ ਗਿਆ, ਉਹ ਕਹਿੰਦੇ ਬਾਈ ਕੋਈ ਗੱਲ ਨਹੀਂ ਅਸੀਂ ਤੈਨੂੰ ਮੌਕਾ ਦੇਵਾਂਗੇ, ਅਤੇ ਜਮ੍ਹਾਂ ਦਿਨ ਦੇ ਦਿਨ ਆ ਕੇ ਉੱਥੇ ਮੇਰੀ ਥਾਂ 'ਤੇ ਬੰਦਾ ਹੋਰ ਪਾਤਾ,
ਚੱਲ ਬਈ ਆਪਾਂ ਉੱਥੇ ਵੀ ਚੁੱਪ ਕਰ ਗਏ। ਮੈਂ ਚੱਲ ਕੋਈ ਗੱਲ ਨਹੀਂ ਜਿੰਦਰ, ਹੈ ਨਾ, ਮਿਹਨਤ ਕਰਨੀ ਆਪਾਂ ਮਿਹਨਤ ਕਰੀ ਚੱਲ ਯਾਰ ਕੋਈ, ਤੂੰ ਵੀ ਮਿਹਨਤ ਦਾ ਫਲ ਮਿੱਠਾ ਹੁੰਦਾ ਬਈ, ਸਬਰ ਵੀ ਬਥੇਰਾ ਕੀਤਾ, ਮਿਹਨਤ ਵੀ ਬਥੇਰੀ ਕੀਤੀ ਆ। ਮੈਂ ਹੁਣ ਅੱਜ ਕੱਲ੍ਹ ਫਫੜੇ ਭਾਈ ਕਰੇ ਨਾ ਬਈ, ਜੇ ਭੀਖੀ ਸਾਹਿਬ ਟੂਰਨਾਮੈਂਟ 'ਤੇ ਜਾਂਦਾ ਨਾ ਮੈਂ, 4 ਕਿਲੋਮੀਟਰ ਤੁਰ ਕੇ ਜਾਂਦਾ, ਸ਼ਾਮ ਨੂੰ 10 ਵਜੇ ਘਰ ਆਉਣਾ, 4 ਕਿਲੋਮੀਟਰ ਤੁਰ ਕੇ ਆਉਣਾ, ਕਿਉਂਕਿ ਨਾ ਤਾਂ ਮੈਨੂੰ ਕੋਈ ਲਿਆਉਣ ਵਾਲਾ ਅਤੇ ਨਾ ਹੀ ਕੋਈ ਛੱਡਣ ਵਾਲਾ, ਨਾ ਹੀ ਮੇਰੇ ਕੋਲ ਸਾਧਨ ਆ ਕੋਈ। ਅਤੇ ਮੈਂ ਇਹ ਚੀਜ਼ ਦਾ ਬਈ ਦਿਖਾਵਾ ਨਹੀਂ ਕਰਨਾ ਚਾਹੁੰਦਾ ਸੀਗਾ, ਕਿਉਂਕਿ ਮੈਂ ਗਰੀਬ ਹਾਂ ਨਾ, ਲੋਕ ਅਗਲੇ ਕਹਿੰਦੇ ਪਤਾ ਵੀ ਸਨਮਾਨਾਂ ਦਾ ਮਾਰਾ ਕਰਦਾ। ਆਪਾਂ ਨੂੰ ਬਈ ਕੋਈ ਨਾ ਅੱਜ ਤੱਕ ਕੋਈ ਬੰਦਾ ਕਹਿ ਦੇ ਵੀ ਜਿੰਦਰ ਨੇ ਸਾਥੋਂ ਲੋਕਾਂ ਵਾਂਗੂ ਬੋਲ ਕੇ ਕਿਹਾ ਹੋਵੇ ਵੀ 10 ਨੂੰ ਅਲਟੋ ਗੱਡੀ ਦੇ ਦਿਓ। ਆਪਾਂ ਬਈ ਕਿਸੇ ਤੋਂ ਅੱਜ ਤੱਕ ਬਾਲ ਪੇਪਰ ਵੀ ਨਹੀਂ ਮੰਗ ਕੇ ਲਿਆ, ਪੈਸੇ ਵੀ ਨਹੀਂ ਬਈ ਕਿਸੇ ਤੋਂ ਮੰਗ ਕੇ ਲਏ ਵੀ ਮੈਨੂੰ ਇੰਨੇ ਪੈਸੇ ਦੁਰ ਕੇ ਨਾਲ ਅੜ ਕੇ ਪੈਸੇ ਨਹੀਂ ਲੈਤੇ। ਫਿਰ ਉਦੋਂ ਬਾਅਦ ਗਿਆ ਬਈ ਮੈਂ ਬੇਨੜੀ ਟੂਰਨਾਮੈਂਟ 'ਤੇ, ਤਾਰੀ ਲੇਲ ਮੇਰਾ ਵਧੀਆ ਮਿੱਤਰ ਆਪਣਾ ਭਰਾ, ਚਲੋ ਉਹਦੇ ਨੂੰ ਕਹਿ ਕੇ ਇੱਕ ਆਜ਼ਾਦੀ ਆ ਫਫੜੇ ਵਾਲਾ ਮੁੰਡਾ, ਕਿਵੇਂ ਨਾ ਕਿਵੇਂ ਕਰਕੇ ਬਈ ਹੱਥ ਪੈਰ ਮਾਰ ਕੇ ਮੈਂ ਬੇਨੜੀ ਸੈਟਿੰਗ ਕਰ ਲਈ। ਬੇਨੜੀ ਮੈਂ ਸੈਟਿੰਗ ਕਰ ਲਈ, ਠੀਕ ਆ ਬਈ। ਪਹਿਲੇ ਦਿਨ ਗਿਆ ਮੈਂ ਉੱਥੇ, ਸੀਗੇ ਅਸੀਂ 5 ਕਮੈਡੇਟਰ। ਮੈਂ ਮੈਚ ਬੋਲ ਲਿਆ, ਪਹਿਲਾ ਮੈਚ ਬੋਲਿਆ ਮੈਂ ਸੋਨੂ ਸਤੌਰ ਨਾਲ ਬੋਲ ਲਿਆ, ਮੈਚ ਬੈਠ ਗਿਆ। ਉਦੋਂ ਬਾਅਦ ਦਿਲਸ਼ਾਦ ਹੀ ਸੀ ਅਤੇ ਕਪਲ ਧੂਰੀ ਲੱਗ ਗਏ, ਫਿਰ ਕਾਲਾ ਅਤੇ ਸੋਨੂੰ ਲੱਗ ਗਏ, ਫਿਰ ਦਰਸ਼ਾਦ ਅਤੇ ਕਾਲਾ ਲੱਗ ਗਏ, ਫਿਰ ਸੋਨੂੰ ਅਤੇ ਕਪਲ ਲੱਗ ਗਏ। ਮੈਂ ਇੰਨਾ ਟਾਈਮ ਬੈਠਾ ਰਿਹਾ ਬਈ, ਮੈਂ ਚੁੱਪ ਕਰ ਗਿਆ, ਮੈਂ ਚੱਲ ਕੋਈ ਗੱਲ ਨਹੀਂ, ਬੈਠਾ ਰਾਜਿੰਦਰ ਹੈ ਨਾ, ਖਬਰਾਂ ਹਲੇ ਕੀ ਹੋਣਾ, ਹਲ ਤਾਂ ਸ਼ੁਰੂਆਤ ਹੀ ਆ। ਮੈਂ ਹਲ ਤਾਂ ਸ਼ੁਰੂਆਤ ਹੀ ਆ, ਕੋਈ ਚੱਕਰ ਨਹੀਂ, ਮੈਂ ਤਾਂ ਬੈਠਾ ਰਿਹਾ ਬਈ ਮੈਂ। ਅਤੇ ਹਾਂ, ਉੱਥੇ ਬੇਨੜੇ ਬਈ ਇੰਨਾ ਕੁ ਪਿਆਰ ਮਿਲਿਆ, ਪ੍ਰਬੰਧਕ ਇੰਨੇ ਕੁ ਸਿਰਾ ਕਮੇਟੀ ਆ ਨਾ ਬਈ, ਉਹ ਭਰਾਵਾਂ ਨੇ ਕਹਿੰਦੇ ਯਾਰ, ਕਹਿੰਦੇ ਬਈ ਸਿਰਾ ਗੱਲਬਾਤ ਆ, ਆਪਦੇ ਮੂੰਹ ਤਾਰੀਫ ਕਰਨੀ ਹੁੰਦੀ ਆ ਵਡਿਆਈ। ਮੇਰੇ ਕੋਲ ਸਕਰੀਨਸ਼ੋਟ ਪਿਆ ਬਈ, ਮੈਂ ਇਕੱਲੇ ਇਕੱਲੇ ਬੰਦਿਆਂ ਦਾ, ਜਿਹੜੇ ਬੰਦੇ ਨੂੰ ਆਪਣੇ ਐਪਰੀਸ਼ੀਏਟ ਕੀਤਾ, ਜਿਹਨਾਂ ਨੇ ਸਪੋਰਟ ਕੀਤੀ, ਇੱਕ ਵੀ ਨੈਗੇਟਿਵ ਕਮੈਂਟ ਆਪਣੀ ਕਮੈਟਰੀ 'ਤੇ ਨਹੀਂ ਆਇਆ ਬਈ। ਇਸ ਗੱਲ ਦੀ ਬਹੁਤ ਵੱਡੀ ਖੁਸ਼ੀ ਆ, ਕਿਉਂਕਿ ਆਪਾਂ ਬਈ ਛਿੱਟੇ ਨਹੀਂ ਮਾਰਦੇ, ਆਪਣੇ ਕੋਲ ਬਾਲਟੀ ਵਾਲਾ ਕੰਮ ਨਹੀਂ ਹੈਗਾ ਬਈ, ਮਾੜੇ ਨੂੰ ਵੀ ਚੰਗਾ ਕਹਿਣਾ, ਚੰਗੇ ਆ ਮੇਰੀ ਤਾਂ ਥਿੰਕਿੰਗ ਹੀ ਅੱਡਾ ਪਰ ਕਹਿੰਦੇ ਬਈ, ਸਾਰੇ ਸਟਾਰ ਆ, ਜਿਹੜੇ ਸਟਾਰ ਉਹ ਹੁੰਦੇ ਹੈ ਨਾ, ਜਿਹੜੇ 100-100 ਪਾ ਕੇ ਟੀਮ ਇਕੱਠੀ ਕਰਦੇ, ਘਰੋਂ ਘਰ ਜਾ ਕੇ ਮਿੰਨਤਾਂ ਕਰਦੇ ਆ, ਫਿਰ ਬਾਹਰਲੇ ਪਰਿਵਾਰ ਵਾਸਤੇ ਪੈਸੇ ਦਿੰਦੇ ਆ। ਆਪ ਭਾਵੇਂ ਉੱਥੇ ਜੂਸ ਕੁਲਚਾ ਖਾਣ ਚਾਹੇ ਨਾ ਖਾਣ, ਬਾਹਰਲੇ ਪਲੇਅਰ ਨੂੰ ਰੀਅਲ ਜੂਸ ਦੀਆਂ ਬੋਤਲਾਂ ਲਿਆ ਕੇ ਪਿਆਉਂਦੇ ਆ, ਸਟਾਰ ਉਹ ਨੇ ਬਈ। ਬਾਹਰਲੇ ਪਲੇਅਰਾਂ ਨੇ ਮਿਹਨਤ ਕੀਤੀ ਆ, ਬਾਹਰਲੇ ਪਲੇਅਰਾਂ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਵੀ ਬਾਹਰਲੇ ਮਾੜੇ ਨੇ, ਹੈ ਨਾ, ਜਾਲ ਨੂੰ ਸਾਡੇ ਤਾਂ ਬਾਹਰਲੇ ਤਾਂ ਹੀ ਆਉਂਦੇ ਆ। ਅਤੇ ਬੇਨੜੇ ਬਈ ਮੇਰੇ ਨਾਲ ਇਹਨਾਂ ਨੇ ਧੱਕਾ ਕੀਤਾ, ਹੈ ਨਾ, ਕਪਲ ਧੂਰੀ ਨੇ, ਤਲਵਿੰਦਰ ਦਾ ਮੈਚ ਆ ਗਿਆ, ਚੱਕ ਕੇ ਮੈਂ ਇੱਕ ਫੇਰ ਖੜ ਗਿਆ ਮੂਹਰੇ ਫਸ ਕੇ। ਹੁਣ ਉੱਥੇ ਦੱਸੋ ਬਈ ਮੈਂ ਸ਼ਾਮ ਦੇ 5 ਵਜੇ ਕਮੇਟੀ ਨੂੰ ਕੀ ਮੂੰਹ ਦਿਖਾਵਾਂ ਵੀ ਮੈਨੂੰ ਪੈਸੇ ਦਿਓ ਤੁਸੀਂ। ਦੂਜੇ ਦਿਨ ਉਹ ਗਿਆ ਬਈ ਗੰਦ ਉੱਥੋਂ, ਫਿਰ ਵਧੀਆ ਮੈਚ ਬੋਲੇ, ਕਾਸਕੋ ਦੇ ਰੱਬ ਬਣਦੇ ਆ ਬਈ ਇਹ, ਅਤੇ ਛਿੱਟੇ ਮਾਰਦੇ ਆ, ਕੱਲੇ ਛਿੱਟਿਆਂ ਤੋਂ ਬਿਨਾਂ ਹੋਰ ਕੁਛ ਨਹੀਂ, ਆਪਦੇ ਸਨਮਾਨ ਆਪੇ ਬੋਲੀ ਜਾਣਗੇ, ਉਂਗਲ ਖੱਟੀ ਕਰ ਦਿਓ, ਪੈਸੇ ਭੈਣ ਚੋ ਪਿੱਪਲਾਂ ਨੂੰ ਲੱਗਦਾ ਤੁਹਾਡੀਆਂ ਉਂਗਲਾਂ ਖੱਟੀਆਂ ਕਰਦੇ ਅਗਲਾ। ਵੀਹ ਵਾਰੀ ਇਹਨਾਂ ਨੇ ਬਈ ਕਮੈਟਰੀ ਕਰਕੇ, ਮੈਨੂੰ ਨਹੀਂ ਪਤਾ 3,000 ਲੈਂਦੇ ਹੁਣ, 2,500 ਲੈਂਦੇ ਹੁਣ, ਇਹਨਾਂ ਨੇ ਕਮੈਟਰੀ ਕਰਕੇ ਮੈਚ ਲਾ ਕੇ ਪੀਣੀਆਂ ਦਾਰੂਆਂ, ਅਸੀਂ ਚਲਾਉਣਾ ਬਈ ਘਰ ਆਪਦਾ। ਜੇ ਮੈਂ 1,000 ਰੁਪਇਆ ਲੈ ਕੇ ਜਾਂਦਾ ਬਈ, ਤਾਂ ਮੈਂ ਜਾ ਕੇ ਆਪਦਾ ਦੁੱਧ ਵਾਲੇ ਨੂੰ ਦੇਣਾ, ਆਟਾ ਕੋਟਾ ਲਿਆਉਣਾ, ਸੌਦਾ ਸੱਪ ਲਿਆਉਣਾ, ਕਿਉਂਕਿ ਮੇਰਾ ਰੁਜ਼ਗਾਰ ਆ ਜਿਹੜਾ ਬਈ ਕਮੈਟਰੀ ਦੇ ਸਿਰ 'ਤੇ ਹੀ ਚੱਲਦਾ। ਹੱਥ ਬੰਨ ਕੇ ਬੇਨਤੀ ਕਰਨਾ ਬਈ ਮੈਨੂੰ ਟਾਈਮ ਪਾਸ ਕਰ ਲੈਣ ਦਿਓ, ਕੀ ਪਤਾ ਬੰਦਾ ਕਿੰਨੀ ਕੁ ਪ੍ਰੋਬਲਮ ਦੇ ਵਿੱਚ ਜੂਨ ਤਾਂ ਨਾ, ਪਰ ਅੱਜ ਤੱਕ ਬਈ ਉਹਦੀ ਗਰੀਬੀ ਦਾ ਦਿਖਾਵਾ ਨਹੀਂ ਕੀਤਾ, ਜਿੰਨੇ ਬੰਦੇ ਵੀ ਜੁੜਿਆ, ਜਿੰਨੇ ਵੀ ਭਰਾ ਮੈਨੂੰ ਜਾਣਦੇ ਆ, ਦਿਲੋਂ ਜਾਣਦੇ ਆ, ਅਤੇ ਉਹ ਗਰੀਬੀ ਯਾਰ, ਗਰੀਬੀ ਅਮੀਰੀ ਤਾਂ ਰੱਬ ਦੀ ਦੇਣ ਆ, ਸਿਆਣੇ ਕਹਿੰਦੇ ਵੀ ਗਰੀਬੀ 'ਚ ਪੈਦਾ ਹੋਇਆ ਇਹ ਰੱਬ ਦੀ ਦੇਣ ਆ, ਜੇ ਗਰੀਬੀ 'ਚ ਮਰ ਗਏ ਇਹ ਬੰਦੇ ਦੇ ਫਿੱਟ ਲਾਉਣ ਦਾ। ਮੈਂ ਮਿਹਨਤ ਕਰ ਰਿਹਾ ਨਾ ਬਈ, ਪਰ ਮਿਹਨਤ ਮੈਨੂੰ ਕਰਨ ਨਹੀਂ ਦਿੰਦੇ ਲੋਕ ਯਾਰ। ਇਹਨਾਂ ਦੇ ਕਿਹੜਾ ਬਈ ਸੋਨੇ ਦੀਆਂ ਬੁੰਡਾਂ ਲੱਗੀਆਂ ਵੀ ਇਹੀ ਬੋਲਣਗੇ, ਲੱਖ ਵਾਲੇ ਮੈਚ ਜਾਂ ਟਰੈਕਟਰ ਵਾਲੇ ਮੈਚ, ਛਿੱਟੇ ਮਾਰਨੇ ਇਹਨਾਂ ਨੇ ਤਾਂ ਬੇ। ਇੱਥੇ ਭਾਦੜੇ ਕੱਪ ਦੀ ਗੱਲ ਕਰਦਾ ਮੈਂ, ਕਿੰਦੇ ਕੋਲ ਵਾਲੇ ਨੇ ਪਲੇਅਰ ਆਊਟ ਕਰਦਾ, ਪਲੇਅਰਾਂ ਦੇ ਵਿੱਚ ਗੱਲ ਜੇ ਵੱਗ ਗਿਆ ਬਈ ਕੰਟਰੋਵਰਸੀ ਸ਼ੁਰੂ ਹੋ ਜੂ, ਹੈ ਨਾ, ਕਿਸੇ ਪਲੇਅਰ ਨੂੰ ਮਾੜਾ ਕਹੀ ਜਾਂਦਾ ਜਾਂ ਤੂੰ ਗਲਤ, ਮੈਂ ਕਿਸੇ ਪਲੇਅਰ ਦਾ ਨਾਂ ਲੈਂਦਾ ਨਹੀਂ, ਅਤੇ ਕਿੰਦੇ ਕੋਲ ਵਾਲੀ ਨੇ ਪਲੇਅਰ ਆਊਟ ਕਰਤਾ ਬਈ, ਅਤੇ ਇਹਨਾਂ ਨੇ ਉਹਦਾ ਮੂੰਹ 'ਚੋਂ ਨਹੀਂ ਕੱਢਿਆ ਬਈ, ਹੱਡ ਕੱਢ ਕੇ ਛੱਡਿਆ, ਅਤੇ ਕਿੰਦੇ ਦੇ ਨਾਂ 'ਤੇ ਤਾੜੀ ਵੀ ਨਹੀਂ ਮਰਵਾਈ, ਹਾਲਾਂਕਿ ਕਿੰਦੇ ਕੋਲ ਵਾਲੀ ਨੇ ਪਹਿਲੀ ਬਾਲ 'ਤੇ ਉੱਪਰ ਬੰਦਾ ਆਊਟ ਕਰਤਾ ਸੀਗਾ। ਆਹ ਕਮੈਟਰੀ ਆ ਬਈ, ਆਪਾਂ ਕਹਾਉਣਾ ਕਿ ਇਹਨੂੰ ਜੱਜ ਕਰਨ ਵਾਲੇ, ਪਰ ਬਈ ਹਾਂ, ਜੇ ਕੋਈ ਮੈਨੂੰ ਮਿਹਨਤ ਨਾਲ ਹਰਾ ਦੇ, ਮੈਂ ਕੰਮ ਕਰਦਾ, ਮਿਹਨਤ ਕਰਦਾ ਨਾ ਬਈ, ਮੇਰੇ ਜਿੰਨੇ ਮੈਚ ਬੋਲਦੇ ਪੂਰਾ ਦਿਨ ਬੋਲੂ,
बराबर बोल दे कोई, ठीक है जोर लावे उन्हें, फिर मैं हाथ खड़े कर दूं भाई मैं हार गया। पर भैया फुद्दू गल्ला ना करया करो, है ना। उत्थे साउंड ते सी मैं ते काला, मैं ज्वाइंट बोलदे, मेरी काले दी जोड़ी वधिया सी, दोने इकट्ठे मैच बोलदे, है ना। चलो साडे विच माड़ा मोटा गल्लबात भी हुंदी रहिंदी आ, लड़ भी पैंदे मिल भी पैंदे, पर साडा प्यार बहुत आ भाई, है ना। लोग सानू कहिंदे तुसीं पैसे घट लैंदे हो, पर कहे भैन चोद ने भैया तक सानू 2500 दवारे सी, क्यों लईए पैसे घट, अभी तक घर चलाना भाई 500 तो ही बोलेंगे, 800 तो ही बोलेंगे, 400 तो ही बोलेंगे। सोनू भाई जो कि 5000 दिंदा तुसीं लै लो आपदा, थोड़े नाल साडा की कंपैरिजन है। फिर लोगों को बदना कहने भी इन्हों बोलना नहीं आता, भी सानू नहीं बोलना आता, तुम सानू निक्की का रिश्ता करना, हट जाएंगे नहीं बोलना, नहीं बोलना ना बुलाएंगे लोग, कोशिश करते हैं भाई जिते फो पैदा बोले आने। अरे एक बंदा ही करता भाई सैटिंग, शेयर कर दो पीसी वर्ल्ड वाले भाई, थोड़ा धन्यवाद है ना, तुम थोड़ा बढ़िया पेज है, एक नमाने के बंद लाइव से जुड़े हो, बहुत वाडा धन्यवाद है भाई थोड़ा। तनी आ गया फरीदपुरिया भाई साडा लाइव, इन्हां ने मेला लाया भाई, वधिया मेला लाया, बहुत माण सत्कार दिता भाइयों ने, तो हुण भी अपने नाल जुड़िया भाई। मेरा लोगों अपना लोगों का काम नहीं है ना भी अगले पिंड टूरनामेंटा ता ही बाई बाई करना, ता ही भाजी भाजी करना, अपना भाई जिथे प्यार हैगा उत्थे दिलों, जिहड़े बंदे नाल एक वारी वाह पै गया अगला आपां नूं बुलाउणा छड़ दे छड़ दे, मैं भाई आपदे वल्लों बुलाउणा नहीं छड़दा किसे नूं, गलती होंदी है भाई आपां सिरे मत्थे कबूल करदे भाई मैथों गलती हो गई। ਭਾਗੜੇ ਟੂਰਨਾਮੈਂਟ 'ਤੇ ਜਾਣਾ ਸੀਗਾ, ਉਹ ਥੋੜ੍ਹੀ ਜਿਹੀ ਗਲਤੀ ਦੇ ਵਿੱਚ, ਮੰਨ ਲਾ ਵੀ ਮੇਰਾ ਕੇ ਵੀ ਬਾਈ ਨਾਲ ਵਧੀਆ ਸੰਪਰਕ ਸੀਗਾ, ਬਾਈ ਨੂੰ ਕਹਿਤਾ ਮੈਂ ਬਾਈ ਮੈਂ ਟੂਰਨਾਮੈਂਟ 'ਤੇ ਕੱਲ੍ਹ ਨੂੰ ਆਉਂਦਾ ਨਹੀਂ, ਤੁਹਾਡੇ ਕੋਲ ਬੰਦੇ ਆ ਅਤੇ ਤੁਸੀਂ ਮੇਰੇ ਬਿਨਾਂ ਸਾਰ ਲਉਂਗੇ, ਉਹ ਬਾਈ ਉਹ ਕਹਿੰਦਾ ਕੋਈ ਨਹੀਂ ਸਾਰ ਲਾਂਗੇ, ਪਰ ਪ੍ਰਧਾਨ ਨਾਲ ਮੇਰੀ ਗੱਲ ਨਹੀਂ ਹੋਈ, ਉੱਥੇ ਕੋਈ ਗੱਲਾਂ ਬਾਤਾਂ ਹੋਈਆਂ, ਚੱਲ ਮੇਰੇ ਬਾਰੇ ਬੋਲਿਆ ਗਿਆ ਉੱਥੇ, ਹੈ ਨਾ। ਆਪਾਂ ਉੱਥੇ ਵੀ ਬਾਈਆਂ ਤੋਂ ਗਲਤੀ ਮੰਗੀ, ਮੈਂ ਬਾਈ ਕੋਈ ਗੱਲ ਨਹੀਂ ਯਾਰ ਮੇਰੇ ਤੋਂ ਗਲਤੀ ਹੋ ਗਈ ਬਾਈ, ਕਿਉਂਕਿ ਮੈਂ ਗਲਤ ਸੀਗਾ ਉੱਥੇ, ਆਪਣਾ ਬਾਈ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ, ਹੈ ਨਾ। ਅਤੇ ਨਾ ਹੀ ਮੈਨੂੰ ਕਿਸੇ ਨੇ ਬਾਈ ਅੱਜ ਤੱਕ ਬਾਂਹ ਫੜ ਕੇ ਆਖਿਆ ਮੈਕ ਫੜਾਇਆ, ਕਿਉਂ ਕੋਈ ਨਹੀਂ ਫੜਾਉਂਦਾ ਬਾਈ ਕਿਸੇ ਨੂੰ, ਮੈਂ ਰਿਸਪੈਕਟ ਕਰਨਾ ਸਾਰੇ ਬੰਦਿਆਂ ਦੀ, ਉਸਤਾਦ ਲੱਖੀ ਲਹਿਰਾ ਬਾਈ ਜੀ ਨੂੰ ਆਪਾਂ ਕਦੇ ਜੀ ਤੋਂ ਬਿਨਾਂ, ਮੈਂ ਮੈਸੇਜ ਕਰੇ ਬਿਨਾਂ ਬਾਈ ਕਦੇ ਫੋਨ ਨਹੀਂ ਲਾਇਆ, ਅਗਲੇ ਦਾ ਬਿਜ਼ੀ ਸ਼ਡਿਊਲ ਹੁੰਦਾ ਨਾ, ਜੇ ਕੋਈ ਗੱਲ ਪੁੱਛਣੀ ਆ ਜਾਂ ਕੋਈ ਗੱਲਬਾਤ ਕਰਨੀ, ਮੈਂ ਮੈਸੇਜ ਕਰਕੇ ਬਕਾਇਦਾ ਅਗਲੇ ਤੋਂ ਟਾਈਮ ਮੰਗਦਾ, ਬਾਈ ਤੁਹਾਡੇ ਕੋਲ ਟਾਈਮ ਹੈਗਾ ਤਾਂ ਮੇਰੇ ਨਾਲ ਗੱਲ ਕਰ ਲਓ, ਨਹੀਂ ਆਪਾਂ ਫੇਰ ਕਰ ਲਾਂਗੇ। ਇਹ ਤਾਂ ਉਹਦੀ ਟੈਨਸ਼ਨ ਪਤਾ ਕੀ ਆ, ਜੇ ਮੰਨ ਲਾ ਹੁਣ ਬਾਈ ਅਸੀਂ, ਮੈਂ ਮੰਨ ਲਾ ਬੇਨੜੇ ਗਿਆ ਟੂਰਨਾਮੈਂਟ 'ਤੇ, ਜੇ ਉੱਥੇ ਮੈਂ ਮੈਚ ਹੀ ਨਹੀਂ ਬੋਲਿਆ, ਉੱਥੇ ਮੈਨੂੰ ਵਾਲੇ ਪੈਸੇ ਕਾਹਦੇ ਦੇਣਗੇ ਬਾਈ, ਲੰਗਰ ਖਾਈ ਦੇ ਪੈਸੇ ਤਾਂ, ਲੰਗਰ ਖਾਣ ਦੇ ਤਾਂ ਪੈਸੇ ਮੈਨੂੰ ਵਾਲੇ ਦਿੰਦੇ ਨਹੀਂ, ਉੱਥੇ ਚਾਹ ਪਾਣੀ ਪੀ ਕੇ ਵਗ ਗਿਆ ਬਾਈ, ਤੈਨੂੰ ਅਸੀਂ ਪੈਸੇ ਦੇਣੇ, ਤੈਨੂੰ ਸਨਮਾਨ ਦੇ ਦਿੰਦੇ ਹਾਂ। ਕੰਮ ਦੇ ਪੈਸੇ ਦਿੰਦਾ ਨਾ ਬਾਈ ਅਗਲਾ, ਹਾਂ ਠੀਕ ਹੈ ਮੇਰੀ ਕਮੈਂਟਰੀ ਨਹੀਂ ਸਹੀ ਹੈਗੀ ਯਾਰ, ਅਗਲਾ ਮੈਨੂੰ ਕਹਿ ਦੂਗਾ ਵੀ ਤੂੰ ਜਿੰਦਰ ਜਾ ਵੀ ਤੇਰਾ ਇੱਕ ਦਿਨ ਲਵਾ ਲਾਂਗੇ ਅਸੀਂ, ਤੁਹਾਡੇ ਉੱਤੇ ਸਾਡੇ ਤੇਰਾ ਕੰਮ ਨਹੀਂ ਪਸੰਦ ਆਇਆ। ਪਰ ਬੇਨੜੇ ਵਾਲੇ ਭਰਾਵਾਂ ਦਾ ਬਾਈ ਮੈਂ ਦਿਲੋਂ ਧੰਨਵਾਦ ਕਰਦਾ, ਹੈ ਨਾ। ਉਹਨਾਂ ਨੂੰ ਪਹਿਲੇ ਦਿਨ ਮੈਂ ਬੋਲੇ ਨਹੀਂ, ਉਹਨਾਂ ਨੇ ਮੇਰੇ 'ਤੇ ਤਰਸ ਕੀਤਾ ਬਾਈ, ਕਹਿੰਦੇ ਤੈਨੂੰ ਮੌਕਾ ਨਹੀਂ ਮਿਲਿਆ ਤੂੰ ਸਾਡੇ ਦੂਜਾ ਦਿਨ ਲਾ, ਤੋ ਬਾਈ ਨੇ ਬਾਈ ਮੈਨੂੰ 2 ਦਿਨਾਂ ਦਾ 2500 ਰੁਪਇਆ ਦਿੱਤਾ ਖੁਸ਼ ਹੋ ਕੇ ਕੰਮ ਤੋਂ, ਜੇ ਉੱਥੇ ਮੈਨੂੰ ਪੈਸੇ ਨਾ ਦਿੰਦੇ, ਖਾਲੀ ਹੱਥ ਮੋੜਦੇ, ਸਨਮਾਨ ਨਾ ਕਰਦੇ ਮੇਰੇ, ਫਿਰ ਮੈਂ ਕਹਿੰਦਾ ਬਾਈ ਮੈਂ ਫੁੱਦੂ ਹਾਂ। ਫਿਰ ਉੱਥੇ ਮੈਂ ਤੇ ਕਾਲਾ ਬੋਲਿਆ ਕਰੀਏ ਬਾਈ, ਜਦੋਂ ਬਾਜ ਸਾਊਂਡ ਵਾਲੀ ਨੂੰ ਕਹਿ ਰਿਹਾ ਬਾਜ ਘਟਾ ਦੇ ਬਾਈ, ਇਸ ਤਾਂ ਬਿਨਾਂ ਮੈਕ ਤੋਂ ਵੀ ਬੋਲ ਲਾਂਗੇ, ਸਾਡੇ ਜਨੂੰਨ ਆ ਬੋਲਣ ਦਾ, ਕਿਉਂਕਿ ਅਸੀਂ ਲੋਕਾਂ ਦੇ ਅੱਗੇ ਆਉਣਾ। ਗੁੱਸਾ ਚੜ੍ਹਦਾ ਬਾਈ ਲੋਕਾਂ ਦੀਆਂ ਚਲਾਕੀਆਂ ਦੇ ਯਾਰ, ਮਿਹਨਤ ਨਾਲ ਕੱਟਦੇ ਬਾਈ, ਮੈਂ ਹਰੇਕ ਬੰਦੇ ਦੇ ਪੈਰੀ ਹੱਥ ਲਾ ਕੇ ਮਿਲਦਾ, ਜਿਹੜਾ ਆਪਾਂ ਤੋਂ ਸੀਨੀਅਰ ਹਰੇਕ ਦੀ ਇੱਜ਼ਤ ਕਰਦੇ ਹਾਂ। ਪਰ ਆਹ ਦਾਰੂ ਪੀਣੇ ਬਾਈ ਚਗਲ ਬੰਦੇ ਆਪਾਂ ਨੂੰ ਜਮ੍ਹਾਂ ਪਸੰਦ ਨਹੀਂ ਹੈਗੇ, ਠੀਕ ਆ। ਨਾ ਮੈਂ ਵੀਡੀਓ ਡਿਲੀਟ ਕਰਾਂ, ਨਾ ਮੈਂ ਅੱਜ ਕਰਾਂ, ਨਾ ਕਹਿੰਦਾ ਕੱਲ੍ਹ, ਇਹ ਕਹਿੰਦੇ ਬਾਈ ਗਰਾਊਂਡ ਦਾ ਸਤਿਕਾਰ ਹੋਇਆ, 20 ਵਾਰੀ ਲੋਕਾਂ ਨੇ ਦਾਰੂ ਦੇ ਡੱਕੇ ਚੱਕੇ ਆ ਯਾਰ, ਜਿਹੜੇ ਆਪਦੇ ਆਪ ਨੂੰ ਕਾਸਕੋ ਦੇ ਰੱਬ ਕਹਾਉਂਦੇ ਆ। ਹੱਥ ਨੇ ਟੂਰਨਾਮੈਂਟ ਨਿਬੜ ਦੂ, ਕਮੇਟੀ ਨੂੰ ਕਹਿਣਗੇ ਸਾਨੂੰ ਬੋਤਲ ਦਿਓ, ਉਹਨਾਂ ਨੇ ਮੁੰਡੇ ਦਾ ਵਿਆਹ ਕੀਤਾ, ਕੋਈ ਗੱਲ ਨਹੀਂ ਬਾਈ, ਸਮਾਣੇ ਜ਼ਰੂਰ ਪਹੁੰਚਾਂਗੇ, ਕੋਈ ਚੱਕਰ ਨਹੀਂ ਬਾਈ, ਉਹ ਤਾਂ ਆਪਣਾ ਬਾਈ ਤੁਹਾਡੇ ਨਾਲ ਗੱਲ ਹੋ ਗਈ, ਧੰਨਵਾਦ, ਹੈ ਨਾ, ਪਹੁੰਚਾਂਗੇ ਜ਼ਰੂਰ, ਕੋਈ ਚੱਕਰ ਹੀ ਨਹੀਂ ਬਾਈ। ਬਾਈ ਮੇਰੇ ਨਾਲ ਕਾਸ ਕੁਝ ਬਹੁਤ ਕੁਛ ਹੋਇਆ ਯਾਰ ਬਾਈ, ਮੈਂ ਨਾ ਬਰਦਾਸ਼ਤ ਕਰ ਲਿਆ, ਮੈਂ ਦੱਸ ਨਹੀਂ ਸਕਦਾ ਬਿਨਾਂ ਪੈਸਿਆਂ ਤੋਂ ਵੀ ਬਾਈ, ਮੈਂ ਮੁੜ ਕੇ ਆਇਆ ਉਹਦੇ ਪੱਲੋਂ ਕਿਰਾਇਆ ਲਾ ਕੇ ਬੈਠ ਕੇ ਵੀ ਮੁੜ ਕੇ ਆਉਂਦਾ ਰਿਹਾ, ਕਿਉਂਕਿ ਮਿਹਨਤ ਹਰੇਕ ਬੰਦਾ ਕਰਦਾ, ਮੈਂ ਕੋਈ ਵੱਖਰੀ ਨਹੀਂ ਕੀਤੀ, ਹੈ ਨਾ।
ਸਟਰਗਲ ਹਰੇਕ ਬੰਦਾ ਕਰਦਾ। ਮੈਂ ਕਿਹੜਾ ਵੀ ਰੱਬ ਆ ਵੀ ਮੈਂ ਮਿਹਨਤ ਕੀਤੀ ਆ, ਮਿਹਨਤ ਕਰਦਾ ਮੈਂ ਆਪਣੇ ਲਈ ਕਰਦਾ, ਜੇ ਚਾਰ ਪੈਸੇ ਲੈ ਕੇ ਆਉਣਾ ਮੈਂ ਆਪਦੇ ਘਰੇ ਲਾਉਣਾ, ਕਿਸੇ ਨੂੰ ਥੋੜ੍ਹਾ ਦਿੰਦਾ। ਹਾਂ ਬਈ ਮੈਂ ਛਿੱਟੇ ਮਾਰ ਠੋਕੀਆਂ ਜਿਹੜੇ ਬਈ ਬਾਲਟੀਆਂ ਰੱਖਦੇ ਆ ਭਰ ਕੇ ਮਾੜੇ, ਮਾੜਾ ਤਾਂ ਮੈਂ ਕਿਸੇ ਪਲੇਅਰ ਨੂੰ ਮਾੜਾ ਤਾਂ ਕਹਿੰਦੇ ਨਹੀਂ ਬਈ, ਮਾੜਾ ਤਾਂ ਕੋਈ ਹੁੰਦਾ ਹੀ ਨਹੀਂ, ਜਿਹੜੇ 11 ਗਰਾਊਂਡ ਦੇ ਵਿੱਚ ਆ ਗਏ ਨਾ ਸਾਰੇ ਤਕੜੇ ਹੀ ਹੁੰਦੇ ਆ। ਠੀਕ ਹੈ, ਇੱਕ ਨੇ ਕੋਈ ਨਾ ਕੋਈ ਜਿੱਤਿਆ ਹੁੰਦਾ, ਇੱਕ ਨੇ ਜਿੱਤਣਾ ਹੁੰਦਾ, ਢਿੱਡੋਂ ਜੰਮਦਾ ਕੋਈ ਸਟਾਰ ਨਹੀਂ ਹੁੰਦਾ। ਨਾ ਹੀ ਹਾਂ ਬਈ ਆਪਣੇ ਦਿਲ 'ਚ ਕੋਈ ਨਾ ਕੋਈ ਕੀੜਾ ਬਈ ਮੈਂ ਸਟਾਰ ਹਾਂ ਜਾਂ ਕੋਈ ਮੈਂ 70,000 ਵਾਲਾ ਕੱਪ ਬੋਲੂੰ, ਬਈ ਮੈਨੂੰ ਤਾਂ ਕੋਈ 3100 'ਤੇ ਬੁਲਾ ਲਉ, 3100 'ਤੇ ਹੀ ਬੋਲਾਂਗੇ ਬਈ, ਆਪਾਂ ਸਿੰਗਲ ਵਿਕਟਰੀ ਬੋਲਾਂ ਸਾਰਾ ਕੁਛ, ਕਿਉਂਕਿ ਬਈ ਮੁੱਕਦੀ ਗੱਲ ਮੇਰਾ ਰੁਜ਼ਗਾਰ ਹੈ, ਮੈਂ ਕੰਮ ਕਰਨਾ ਬਈ, ਮੈਨੂੰ ਕੰਮ ਕਰ ਲੈਣ ਦਿਉ। ਤਾਂ ਤੁਹਾਡੇ ਤਾਂ ਉਹ ਹੱਗੇ ਗੂੰਦੀ ਰੀਸ ਵੀ ਨਹੀਂ ਕਰ ਸਕਦੇ, ਠੇਠ ਪੰਜਾਬੀ 'ਚ ਬੋਲਾਂ, ਜਿਹੜਾ ਥੁੱਕ ਦਿੰਦੇ ਨਾ ਆਪਾਂ ਬਈ ਥੁੱਕ, ਤਾਂ ਤੁਹਾਡੇ ਥੁੱਕੇ ਦੀ ਰੀਸ ਵੀ ਨਹੀਂ ਕਰਦੇ ਉਹ। ਰਾਠੂ ਬਾਈ ਆ ਗਿਆ, ਰਾਠੂ ਬਾਈ ਮੈਨੂੰ ਐਡ ਨਹੀਂ ਕਰਨਾ, ਉਹਨਾਂ ਨਹੀਂ ਮੈਂ ਰਾਠੂ ਬਾਈ ਨੂੰ ਐਡ ਕਰਦਾ, ਇਹ ਦੱਸਦਾ ਬਾਈ ਤੁਹਾਨੂੰ ਮੇਰੇ ਘਰ ਦੀ ਕੀ ਕੰਡੀਸ਼ਨ ਆ, ਕੀ ਪ੍ਰੋਬਲਮ ਨੇ ਮੇਰੇ ਘਰ। ਹਰੇਕ ਬੰਦੇ ਦੀ ਕੋਈ ਮਜਬੂਰੀ ਹੁੰਦੀ ਆ, ਹੈ ਨਾ। ਮੈਂ ਬਈ ਹਾਂ ਆਪਾਂ ਇਹ ਨਹੀਂ ਕਹਿੰਦੇ ਯਾਰ ਵੀ ਮੈਂ ਇਸ ਗੱਲ ਦੇ ਵਿੱਚ ਆਪਦੇ ਪ੍ਰੋਫੈਸ਼ਨ ਤੋਂ ਕਮੈਟਰੀ ਤੋਂ ਆਪਦੇ ਘਰ ਨੂੰ ਦੂਰ ਰੱਖਣਾ ਚਾਹੁੰਦਾ, ਲੋਕਾਂ ਨੂੰ ਵੀ ਪਤਾ ਨਾ ਲੱਗੇ ਵੀ ਜਿੰਦਰ ਕੀ ਚੀਜ਼ ਆ, ਵੀ ਮੇਰੇ ਕੀ ਹਾਲਾਤ ਆ, ਮੈਂ ਕੀ ਚੀਜ਼ ਆ, ਹੈ ਨਾ। ਮੈਂ ਕਿਸੇ ਨੂੰ ਅੱਜ ਤੱਕ ਆਪਦਾ ਦੱਸਣਾ ਨਹੀਂ ਚਾਹੁੰਦਾ ਵੀ ਮੇਰੇ ਘਰ ਦਾ ਕੀ ਗੱਲਬਾਤ ਆ, ਪਰ ਬਈ ਮੈਨੂੰ ਦੱਸਣ 'ਤੇ ਮਜਬੂਰ ਕਰਤਾ ਛਿੱਟੇ ਮਾਰਾਂ ਨੇ, ਮੱਛਾਂ ਨੇ ਜਿਹੜੇ ਵੱਡੇ ਸਿਰਾਂ ਨੇ, ਐਡੇ ਐਡੇ ਢੱਡਾ ਬਾਈ ਇਹਨਾਂ ਦੇ, ਕਮੇਟੀਆਂ ਖਾ ਖਾ ਕੇ ਹੋਇਆ, ਜਿਹੜੇ ਪਾਣੀ ਵਾਲਿਆਂ ਨਾਲ ਕਮਿਸ਼ਨਾਂ ਨੇ ਬਾਈ ਇਹਨਾਂ ਬੰਦਿਆਂ ਦੀਆਂ, ਪਾਣੀ ਵਾਲਿਆਂ ਨਾਲ ਇੱਥੋਂ ਤੱਕ ਸੋਚ ਗਿਰੀ ਪਈ ਆ। ਭਗਤ ਵਾਲਾ ਜੀਵਨ ਵਾਲਾ ਉਹਦਾ, ਉਹਨੂੰ ਵੀ ਕਹਿੰਦੇ ਆ ਜੇ ਤੈਨੂੰ 1500 ਬਣਿਆ 500 ਸਾਡਾ ਹੋਊ। ਮੈਂ ਬੋਲਣਾ ਨਹੀਂ ਚਾਹੁੰਦਾ ਸੀਗਾ ਬਾਈ, ਪਰ ਬੋਲਿਆ ਅੱਕ ਕੇ। ਹਾਂ ਨਵੀਂ ਬਰਾੜ ਚੱਕਰ ਕੋਈ ਨਹੀਂ ਬਈ ਯਾਰ, ਆਪਾਂ ਨੂੰ ਕਿਸੇ ਲੀਲੀ ਪੀਲੀ ਦਾ ਕੋਈ ਡਰ ਨਹੀਂ ਹੈਗਾ, ਕਿਉਂਕਿ ਮੇਰਾ ਕੰਮ ਆ ਮਿਹਨਤ ਕਰਨਾ, ਫਲ ਲਾਉਣਾ ਰੱਬ ਨੇ। ਪਰ ਮਿਹਨਤ ਬਈ ਜਦੋਂ ਆਪਾਂ ਮਿਹਨਤ ਕਰਦੇ ਨਾ, ਰਾਹ ਦੇ ਵਿੱਚ ਕੋਈ ਰੋੜਾ ਧਰੇ ਉਹ ਸਾਲਾ ਬਰਦਾਸ਼ਤ ਨਹੀਂ ਹੁੰਦਾ। ਮੇਰੇ ਨਾਲ ਇੱਕ ਵਾਰੀ ਨਹੀਂ ਹੋਈ ਬਈ, ਮੇਰੇ ਨਾਲ ਕਈ ਵਾਰੀ ਹੋ ਗਈ, 10-15 ਵਾਰੀ ਹੋ ਗਈ। ਬਈ ਆ ਕਿਹਾ ਚੱਲ ਚੱਲ ਯਾਰ ਬੰਦਾ ਸੁਧਰ ਜੂ, ਹੈ ਨਾ, ਕੋਈ ਗੱਲ ਨਹੀਂ ਜਿੰਦਰ ਤੂੰ ਨਵਾਂ, ਤੂੰ ਨਵਾਂ। ਆਪਾਂ ਬਈ ਹਰੇਕ ਬੰਦੇ ਨੂੰ ਜੀ ਕਹਿ ਕੇ ਗੱਲ ਕਰਦੇ ਹਾਂ। ਇੱਜ਼ਤ ਬਾਈ ਆਪਾਂ ਸਭ ਦੀ ਕਰਦੇ ਹਾਂ, ਪਰ ਇੱਜ਼ਤ ਇੱਕ ਗੱਲ ਹੋਰ ਬਾਈ, ਮੈਨੂੰ 2-1.5 ਸਾਲ ਹੋ ਗਿਆ ਕਮੈਟਰੀ ਕਰਦੇ, 2 ਸਾਲ ਪਰਫੈਕਟ ਹੋ ਗਿਆ ਨਾ ਮੈਨੂੰ ਬਾਈ, ਨਾ ਤਾਂ ਮਾਨ ਕੋਟੜਾ ਜਾਣਦਾ, ਨਾ ਤਲਵਿੰਦਰ ਸ਼ੋਸ਼ਣ ਜਾਣਦਾ। ਮੈਨੂੰ ਪਤਾ ਕਿਉਂ ਨਹੀਂ ਜਾਣਦੇ ਬਾਈ, ਮੈਂ ਕਦੇ ਜਾ ਕੇ ਉਹਨਾਂ ਨੂੰ ਜੱਫੀ ਨਹੀਂ ਪਾਈ, ਮੈਨੂੰ ਬਾਈ ਲੋੜ ਹੀ ਨਹੀਂ ਕਿਸੇ ਨੂੰ ਜੱਫੀਆਂ ਪਾਉਣ ਦੀ ਯਾਰ। ਕਿਉਂ ਮੈਨੂੰ ਕਮੇਟੀ ਨੇ ਬੁਲਾਇਆ, ਮੈਂ ਕਮੇਟੀ ਦਾ ਕੰਮ ਕਰਾਂ, ਮੈਚ ਬੋਲਾਂ, ਮੇਰਾ ਉਹ ਕੰਮ ਆ। ਮੈਨੂੰ ਇਸ ਚੀਜ਼ ਦਾ ਅਫਸੋਸ ਵੀ ਕੋਈ ਨਹੀਂ ਵੀ ਮੈਨੂੰ ਪਲੇਅਰ ਨਹੀਂ ਜਾਣ ਦੇਣਾ, ਕੋਈ ਚੱਕਰ ਨਹੀਂ, ਮੈਂ ਪਲੇਅਰਾਂ ਨੂੰ ਜਾਣਦਾ, ਮੈਂ ਪਲੇਅਰਾਂ ਬਾਰੇ ਬੋਲਣਾ, ਪਲੇਅਰਾਂ ਨੇ ਮੈਥੋਂ ਕੀ ਲੈਣਾ। ਨਾ ਹੀ ਮੈਨੂੰ ਕਿਸੇ ਪਲੇਅਰ ਤੋਂ ਆਸ ਆ ਵੀ ਕੋਈ ਮੈਨੂੰ ਟੂਰਨਾਮੈਂਟ ਲਾਊ, ਆ ਤਾਂ ਆਪਾਂ ਵੀ ਸੈਟਿੰਗ ਪਾਈ ਨਹੀਂ। ਮੇਰਾ ਜਿਹਦੇ ਨਾਲ ਹੈਗਾ ਗੱਲ ਦਿਲੋਂ ਆ, ਬਸ ਵੀ ਜਿਹੜੇ ਬੰਦੇ ਮੈਨੂੰ ਜਾਣਦੇ ਦਿਲੋਂ ਜਾਣਦੇ ਲੋਕਾਂ ਨੂੰ, ਬਈ ਮੇਰੇ 2 ਮੂੰਹ ਨਹੀਂ ਹੈਗੇ ਵੀ ਜਿਹੜੇ ਟੂਰਨਾਮੈਂਟ 'ਤੇ ਆ ਗਏ ਭਾਅ ਜੀ ਤੁਹਾਡੇ ਹੀ ਆ। ਕੋਈ ਗੱਲ ਨਹੀਂ ਗੁਰਤਾਰਨ ਤੈਨ ਬਾਈ, ਕਿਹੜੇ ਟੂਰਨਾਮੈਂਟ ਬੋਲਣੇ ਆ ਬਾਈ, ਉਹ ਤਾਂ ਬੋਲਣੀ ਹੈ ਨਾ, ਕੋਈ ਲੱਖ ਭੈਣ ਜਿਹਾ ਲੈ ਜਿੰਨਾ ਮਰਜ਼ੀ ਰਿਸ਼ਤਾ ਕਰ ਲਏ। ਗੱਲ ਤਾਂ ਗੱਲ ਦੀ ਹੈ ਬਾਈ ਯਾਰ, ਆਪਾਂ ਜਿੱਥੇ ਅਨਨੋਨ ਏਰੀਏ 'ਚ ਜਾਂਦੇ ਹਾਂ, ਅਦਰ ਏਰੀਏ 'ਚ ਜਾਂਦੇ ਹਾਂ, ਮਾਨਸਾ ਜ਼ਿਲ੍ਹਾ ਬਾਈ ਆਪਾਂ ਨੂੰ ਪਿਆਰ ਕਰਦਾ, ਸਿੱਧੂ ਮੂਸੇਵਾਲੇ ਦੇ ਪਿੰਡ ਟੂਰਨਾਮੈਂਟ ਹੋਇਆ, ਯੂਨਾਈਟਡ ਵਾਲੇ ਜੱਗੇ ਬਾਈ ਹੁਣ ਇਹਨੇ ਸਨਮਾਨ ਕੀਤਾ ਬਾਈ ਮੈਨੂੰ ਸਪੈਸ਼ਲ। ਕੋਰ ਵਾਲੇ ਮਾਨ ਦੇ ਪਿੰਡ ਟੂਰਨਾਮੈਂਟ ਆਉਣਾ ਸੀਗਾ, ਗਗਨੇ ਬਾਈ ਹੁਣ ਇਹਨੇ ਆਪਾਂ ਨੂੰ ਸਪੈਸ਼ਲ ਬੁਲਾਇਆ, ਆਰਨੇਤ ਦੇ ਪਿੰਡ ਟੂਰਨਾਮੈਂਟ ਹੋਇਆ, ਉੱਥੇ ਗ੍ਰੇਡ 'ਤੇ ਬੋਲ ਕੇ ਆਇਆ ਬਾਈ ਮੈਂ। ਏਰੀਆ ਤਾਂ ਬਾਈ ਪਿਆਰ ਕਰਦਾ, ਜੋ ਅਦਰ ਏਰੀਏ 'ਚ ਜਾਂਦੇ ਆ ਨਾ ਬਾਈ, ਉੱਥੇ ਜਿਹੜੇ ਵੱਡੇ ਮਾਛਾ ਵੱਡੇ ਢਿੱਡਾਂ ਵਾਲੇ ਠੇਕੇਦਾਰ, ਇਹ ਬਾਈ ਰਾਹ 'ਚ ਰੋੜਾ ਧਰਦੇ, ਇਹਨਾਂ ਨੂੰ ਵੀ ਕਿਤੇ ਸਾਡੇ ਉੱਤੋਂ ਦੀ ਨਾ ਲੰਘ ਜੇ। ਕਿਹੜੇ ਚਗੋਲੇ ਬਾਈ, ਤੁਹਾਡੇ 'ਤੇ ਵੀ ਬਹੁਤ ਲੱਗਦੇ ਆ, ਇਹ ਤੁਹਾਨੂੰ ਕਹਿੰਦਾ ਫੇਕ ਆਈਡੀ ਵਾਲੇ, ਤੁਸੀਂ ਫੇਕ, ਤੁਸੀਂ ਬਾਈ ਸਹੀ ਕੰਮ ਕਰਦੇ ਹੋ, ਕ੍ਰਿਕਟ 'ਚ ਸੁਧਾਰ ਕਰਤਾ ਬਾਈ ਤੁਸੀਂ, ਕਿਉਂਕਿ ਸੱਚ ਹਮੇਸ਼ਾ ਚੁੱਭਦਾ। ਕੱਲ੍ਹ ਨੂੰ ਮੈਨੂੰ ਵੀ ਫੋਨ ਆਉਣਗੇ, ਠੀਕ ਆ, ਮੈਂ ਇਕੱਲੇ ਹੀ ਹੁਣ ਆਪਣੀਆਂ ਲੱਤਾਂ ਬਾਹ ਵੀ ਤੁੜਵਾ ਸਕਦਾ, ਤੁੜਵਾ ਦੇਣ, ਕਿਉਂਕਿ ਇਹਨਾਂ ਦੇ ਲਿੰਕ ਬਾਹਲਿਆ 7 ਸਮੁੰਦਰੋਂ ਪਾਰ, ਵੀ ਬੱਲੇ ਬੱਲੇ 7-8 ਗੋਰੀਆਂ ਬਿਠਾਈ ਬੈਠੇ ਆ, ਬਥੇਰੇ ਫੋਨ ਆਉਣਗੇ, ਹੈ ਨਾ। ਪਰ ਬਈ ਆਪਾਂ ਨੂੰ ਕਿਸੇ ਦਾ ਇੰਨਾ ਰਹੀਦਾ ਕੋਈ ਭਾਅ ਨਹੀਂ, ਮੈਨੂੰ ਮੇਰੇ ਕੰਮ ਦਾ ਭਾਅ। ਸਿੱਧੀ ਗੱਲ ਆ ਬਈ, ਮੈਂ ਤੁਹਾਡਾ ਨਾਂ ਛਿੱਟੇ ਸਨਮਾਨਾਂ ਵਾਸਤੇ ਅੱਜ ਵੱਜਣ ਨਾ ਵੱਜਣ ਕੱਲ੍ਹ, ਅਤੇ ਛਿੱਟੇ ਮਾਰ ਮਹਿਕਮੇ ਨੂੰ ਕਹਿਣਾ ਬਾਈ
ਆਪਦੀਆਂ ਬਾਲਟੀਆਂ 'ਚ ਬਰਫ਼ ਵੱਧ ਘੋਲ ਲਿਆ ਕਰੋ ਚਾਹੇ, ਠੀਕ ਆ, ਪਰ ਸਾਨੂੰ ਸਾਡਾ ਕੰਮ ਕਰ ਲੈਣ ਦਿਓ। ਅਤੇ ਸਟਾਰ ਪਲੇਅਰ ਨੂੰ ਲਿਆ ਕੇ ਇੱਕ ਪਾਸੇ ਬਈ ਤੁਸੀਂ ਆਪਦਾ ਸਿਰ ਲਾ ਲਿਆ ਕਰੋ, ਸਿੱਧਾ ਕੋਡੇ ਹੋ ਜਾ ਕਰੋ, ਜੇ ਜਾ ਕੇ ਆਪਾਂ ਤੁਹਾਨੂੰ ਤਾਂ ਵੀ ਨਹੀਂ ਰੋਕਦੇ, ਪਰ ਬਈ ਸਾਨੂੰ ਸਾਡਾ ਕੰਮ ਕਰ ਲੈਣ ਦਿਓ, ਠੀਕ ਆ। ਜਿੱਦੇ ਬਈ ਜਿਹੜੇ ਟੂਰਨਾਮੈਂਟ 'ਤੇ ਗਏ, ਜਿੱਥੇ ਮੈਨੂੰ ਕਮੇਟੀ ਨੇ ਬੰਨ ਲਿਆ, ਜਿੱਥੇ ਮੈਨੂੰ ਕਮੇਟੀ ਨੇ ਦਾਰੂ ਦੇ ਡੱਕੇ ਨੂੰ ਚੱਕ ਕੇ ਸੁੱਟਤਾ, ਉਦੇ ਬਈ ਤੁਸੀਂ ਮੇਰੇ ਖਿਲਾਫ਼ ਬੋਲ ਕੇ ਪੋਸਟ ਪਾ ਦਿਓ, ਠੀਕ ਆ। ਉਦੇ ਬਈ ਮੈਂ ਪਿਓ ਦਾ ਪੁੱਤ ਨਹੀਂ ਕਿਸੇ ਸੂਰ ਦਾ ਪੁੱਤ ਹੂੰ ਬਈ, ਜਿੱਦੇ ਮੈਂ ਜੇ ਨਾ ਕੰਮ ਛੱਡ ਗਿਆ, ਮੈਂ ਕਦੇ ਹੱਥ ਤੱਕ ਨਹੀਂ ਲਾਉਂਦਾ। ਜਿੱਦੇ ਬਈ ਮੈਨੂੰ ਲੋਕਾਂ ਨੇ ਦਾਰੂ ਦੇ ਡੱਕੇ ਨੂੰ ਚੱਕ ਕੇ ਗਰਾਊਂਡ 'ਚੋਂ ਬਾਹਰ ਸੁੱਟਤਾ, ਗੱਲ ਕਿਹੜੇ ਚੁਗੋਲੇ ਬਈ, ਕਪਲ ਧੂਰੀ ਫੁੱਦੂ ਲਾਉਂਦਾ ਮੇਰਾ ਹਰੇਕ ਥਾਂ 'ਤੇ, 4-5 ਵਾਰੀ ਕਰਤਾ ਯਾਰ ਉਹਨੇ। ਉਹਦਾ ਬੰਦਾ ਹੀ ਫੁੱਦੂ ਆ, ਫੁੱਦੂ ਬੰਦਾ ਹੀ ਫੁੱਦੂ ਲਾਉਣਾ ਹੁੰਦਾ, ਚੰਗਾ ਬੰਦਾ ਫੁੱਦੂ ਨਹੀਂ ਲਾਉਂਦਾ ਹੁੰਦਾ। ਬਹੁਤ ਸਬਰ ਕੀਤਾ ਬਈ ਯਾਰ, ਮੈਂ ਯਾਰ ਰਹਿਣ ਦੇ, ਹੈ ਨਾ ਵੀ ਚੱਲ ਰਹਿਣ ਦੇ, ਰਹਿਣ ਦੇ ਆਪਣੇ ਸੀਨੀਅਰ ਆ, ਸੀਨੀਅਰ ਦੀ ਰਿਸਪੈਕਟ ਕਰਨੀ ਚਾਹੀਦੀ। ਮੈਂ ਥੋੜ੍ਹਾ ਜਿਹਾ ਸੈਂਸੀਵਿਟੀ ਬੰਦਾ, ਕਿਉਂਕਿ ਆਪਾਂ ਰਿਸਪੈਕਟਫੁੱਲ ਬੰਦੇ ਹਾਂ, ਜਿਵੇਂ ਅਗਲਾ ਕਹਿੰਦਾ ਵੀ ਇੱਜ਼ਤ ਦਿਓ ਇੱਜ਼ਤ ਲਓ, ਹਰੇਕ ਬੰਦੇ ਦੀ ਆਪਾਂ ਇੱਜ਼ਤ ਕਰਦੇ ਹਾਂ, ਪਰ ਬਈ ਇਹ ਸਾਲਾ ਯਾਰ ਦਾ ਲੋਕ ਜਿੰਨਾ ਨੀਵਾਂ ਹੁੰਦੇ ਉਹਨਾਂ ਨਾਲ ਫੁੱਦੂ ਸਮਝਦੇ ਆ। ਜਿੰਨੇ ਵੀ ਸੀਨੀਅਰ ਬੰਦੇ ਕਮੈਡੀਟਰ ਆਪਣੇ ਜਾਣਦੇ, ਜਿੰਨੇ ਕੁ ਜਾਣਦੇ ਆ, ਜਿੰਨੇ ਭਰਾ ਲਾਈਵ ਜੁੜਿਆ, ਅੱਜ ਤੱਕ ਮੈਨੂੰ ਬੰਦਾ ਕੋਈ ਐਂ ਕਹਿੰਦੇ ਬਈ ਜਿੰਦਰ ਤੂੰ ਸਾਨੂੰ ਓਏ ਕਹਿ ਕੇ ਜਾਂ ਬਾਈ ਕਹਿ ਕੇ ਬੁਲਾਇਆ, ਬਾਈ ਮੈਂ ਜੀ ਕਹਿ ਕੇ ਬੁਲਾਉਣਾ ਹਰੇਕ ਬੰਦੇ ਨੂੰ, ਪਰ ਸਾਲੇ ਮੈਨੂੰ ਫਿਰ ਵੀ ਟਾਈਮ ਪਾਸ ਨਹੀਂ ਕਰਨ ਦਿੰਦੇ। ਮੇਰੀ ਥਾਂ 'ਤੇ ਬਈ ਜਿਵੇਂ ਮੈਂ ਜ਼ਿੰਦਗੀ ਕੱਟ ਰਿਹਾ ਨਾ, ਮੇਰੀ ਥਾਂ 'ਤੇ ਕੋਈ ਬੰਦਾ ਇੱਕ ਹਫ਼ਤਾ ਮੇਰੇ ਘਰ ਲਾ ਜੇ, ਠੀਕ ਆ, ਮੈਂ ਨੰਗੇ ਸਿਰ ਪਾਣੀ ਭਰੂੰ ਬਈ ਅਗਲੇ ਦਾ ਨੰਗੇ ਸਿਰ, ਜਿੱਥੇ ਮੈਨੂੰ ਕਹੂਗਾ ਕੋਈ ਉੱਥੇ ਜਿਵੇਂ ਕਹੂਗਾ ਮੈਂ ਉਵੇਂ ਜ਼ਿੰਦਗੀ ਗੁਜ਼ਾਰ ਦੂੰ। ਮੇਰੀ ਜਗ੍ਹਾ 'ਤੇ ਬਾਈ ਕੋਈ ਮੇਰੇ ਘਰ ਆ ਕੇ ਜਿਹੜੇ ਹਾਲਾਤਾਂ 'ਚ ਮੈਂ ਰਹਿੰਦਾ ਇੱਕ ਹਫ਼ਤਾ ਲਾ ਜੇ ਬਾਈ, ਆਹ ਫੁੱਦੂ ਬੰਦੇ ਜਿਹੜੇ ਠੇਕੇ ਮਾਰਾ 3500 ਲੈ ਕੇ ਜਿਹੜੇ ਦਾਰੂਆਂ ਪੀਂਦੇ ਕਮੇਟੀਆਂ ਤੋਂ, ਬੰਦ ਬਾਹਰ ਕਿਹੜੀ ਬੰਦ ਬਾਈ ਬੰਦ ਨਾ, ਇਹਨਾਂ ਨੂੰ ਕੋਈ ਪੰਜਾਬ ਦਾ ਇਤਿਹਾਸ ਪਤਾ ਬਾਈ? ਚਲੋ ਉਹਦਾ ਮੈਂ ਕਿਹਨੂੰ, ਆਪਾਂ ਕਿਹੜਾ ਕਿਹਨੂੰ ਸਿਖਾਉਣ ਵਾਲੇ, ਆਪਾਂ ਕਿਹੜਾ ਕੋਈ ਜੱਜ ਆ, ਹਨਾ ਆਪਾਂ ਕਿਹੜਾ ਕੋਈ ਰੱਬ ਆ ਵੀ ਮੈਨੂੰ ਬਾਹਲਾ ਪਤਾ, ਮੈਨੂੰ ਵੀ ਕੁਛ ਨਹੀਂ ਪਤਾ, ਪਰ ਬਈ ਗਰੀਬ ਬੰਦਿਆ ਮੈਨੂੰ ਟਾਈਮ ਪਾਸ ਕਰ ਲੈਂਦਾ, ਮੈਂ ਬੇਨਤੀ ਕਰਦਾ ਹੱਥ ਬੰਨ ਕੇ, ਅਤੇ ਮਾਫ਼ੀ ਮੈਂ ਕਿਸੇ ਭੈਣ ਚੋਦ ਤੋਂ ਮੰਗਦਾ ਨਹੀਂ, ਨਾ ਮੈਂ ਵੀਡੀਓ ਡਿਲੀਟ ਕਰਾਂ, ਕਿਉਂਕਿ ਨਾ ਹੀ ਮੈਨੂੰ ਕਿਹਦਾ ਡਰ, ਨਾ ਮੈਨੂੰ ਬਈ ਕਿਸੇ ਦਾ ਗਾਉਂ ਆ, ਕਿਉਂਕਿ ਜਿਨ੍ਹਾਂ ਨੇ ਮੈਨੂੰ ਬੁਲਾਉਣਾ ਮੇਰੇ ਨੌਣ ਬੰਦੇ ਆ ਬਈ, ਜਿਹੜੇ ਮੈਨੂੰ ਨਹੀਂ ਬੁਲਾਉਂਦੇ ਆਪਾਂ ਨੂੰ ਗੁੱਸਾ ਗੁੱਸਾ ਵੀ ਨਹੀਂ ਉਹਨਾਂ 'ਤੇ, ਹੈ ਨਾ, ਕਈ ਵਾਰੀ ਨਹੀਂ ਚੰਗੇ ਲੱਗਦੇ ਆਪਾਂ ਨੂੰ ਯਾਰ ਕਿਸੇ ਦੇ, ਠੀਕ, ਇੱਕ ਵਾਰੀ ਨਹੀਂ ਬੁਲਾਇਆ ਵਾਲਾ ਦੂਜੀ ਵਾਰ ਬੁਲਾ ਲੂ, ਮੇਰਾ ਨਾਂ ਨਹੀਂ ਪਤਾ ਲੋਕਾਂ ਨੂੰ ਪਤਾ ਲੱਗ ਜੂ, ਪਰ ਬਈ ਜੇ ਅੱਗੇ ਆਉਣ ਦੇਣਗੇ ਤਾਂ ਫੇਰ ਹੀ ਆ ਨਾ। ਹਾਂ ਕਿਹੜੇ ਚਗੋਲੇ ਬਈ, ਆਪਾਂ ਤੋਂ ਆਹ ਗੱਲ ਨਹੀਂ ਹੁੰਦੀ ਵੀ 10 ਨੂੰ ਅਲਟੋ ਦੇ ਦਿਓ, 10 ਨੂੰ ਮੋਬਾਈਲ ਦੇ ਦਿਓ, 10 ਨੂੰ ਦੁੱਗ ਦੁੱਗ ਕਰਾ ਦਿਓ, ਬਈ ਆਪਾਂ ਉਹਦਾ ਕੰਮ ਚਾਹੀਦਾ, ਚਾਹੇ ਆਹ ਲਾਈਵ ਤੋਂ ਬਾਅਦ ਚਾਹੇ ਵੀ ਮੇਰਾ ਜਮ੍ਹਾਂ ਕੰਮ ਠੱਪ ਹੋ ਜਾਵੇ, ਮੈਨੂੰ ਕੋਈ ਅਫਸੋਸ ਨਹੀਂ, ਕਿਉਂਕਿ ਮੈਂ ਸੱਚਾਂ ਅੱਕ ਕੇ ਲਾਈਵ ਹੋਇਆ ਬਈ। ਮੈਂ ਕਹਿੰਦੇ ਨਾ ਘਰੇ ਜ਼ਿੰਦਗੀ 'ਚ ਆਪਾਂ ਲਾਈਵ ਵਾਲਾ ਕੰਮ ਹੀ ਨਹੀਂ ਕੀਤਾ ਯਾਰ, ਚਾਰੇ ਹੱਥ 'ਚ ਲਾਈਵ ਹੋਣਾ ਨਾ, ਕਿਉਂ ਲੋਕਾਂ ਨੂੰ ਆਪਦੀ ਪਰਸਨਲ ਲਾਈਫ 'ਚ ਦੱਸਣਾ, ਲੋਕ ਲੈਂਦੇ ਆ ਸਵਾਦ ਵੀ, ਲੋਕਾਂ ਨੂੰ ਕਾਹਦੇ ਲਈ ਸਵਾਦ ਦਵਾਉਣਾ, ਪਰ ਬਈ ਅੱਕ ਕੇ ਨਾ ਜਮ੍ਹਾਂ ਆਪਾਂ ਜਿਵੇਂ ਬੱਬੂ ਮਾਨ ਕਹਿੰਦਾ ਇੱਕ ਵਾਰੀ ਬੋਲੋ ਕੋਈ ਮਾਫ਼ ਕਰ ਦਿਉ, ਦੂਜੀ ਵਾਰੀ ਬੋਲੋ ਮਾਫ਼ ਕਰ ਦਿਉ, ਤੀਜੀ ਵਾਰੀ ਫਿਰ ਹੱਲਾ ਬੋਲ ਦਿਉ, ਪਰ ਬਈ ਮੇਰੇ ਨਾਲ ਬਹੁਤ ਵਾਰੀ ਹੋ ਗਈ, ਫਿਰ ਉਦੋਂ ਬਾਅਦ ਮੈਂ ਹੁਣ ਤਾਂ ਮੈਂ ਜੇ ਹੁਣ ਨਾ ਬੋਲਦਾ ਬਈ ਮੈਂ, ਇਹ ਮੈਨੂੰ ਤੰਗ ਹੀ ਕਰਦੇ ਰਹਿੰਦੇ, ਇਹਨਾਂ ਦੇ ਕਿਹੜਾ ਬਈ ਕੋਈ ਸੋਨੇ ਦੇ ਦੰਦ ਲੱਗੇ ਜਾਂ ਸੋਨੇ ਦੀ ਜੀਭ ਲੱਗੀ ਆ ਵੀ ਇਹੀ ਦਬਾਬੇ ਦੇ ਟੂਰਨਾਮੈਂਟ ਬੋਲਣਗੇ ਵੀ ਸਾਨੂੰ ਬੋਲਣੇ ਨਹੀਂ ਆਉਂਦੇ। ਬਈ ਯਾਰ ਮੈਨੂੰ ਕਿਸੇ ਦਾ ਕੋਈ ਚੱਕਰ ਨਹੀਂ ਕਹਿਣਾ ਬਈ ਤਲਵਿੰਦਰ ਪਲੇਅਰ ਉਹਨੇ ਮਿਹਨਤ ਕੀਤੀ ਆ, ਸਟਾਰ ਬਣਿਆ, ਪਰ ਬਈ ਆਪਾਂ ਤੋਂ ਸਿੱਟੇ ਨਹੀਂ ਵੱਜਦੇ, ਮੇਰੇ ਲਈ ਤਾਂ ਸਾਰੇ ਇੱਕੋ ਜਿਹੇ ਆ, ਮੇਰੇ ਲਈ ਤਾਂ ਕ੍ਰਿਕਟ ਗੁਰੂ ਘਰ ਵਰਗੀ ਆ ਬਈ, ਕ੍ਰਿਕਟ ਮੇਰੇ ਲਈ ਮਸਜਿਦ ਵਰਗੀ ਆ, ਕਿਉਂਕਿ ਕ੍ਰਿਕਟ ਤੋਂ ਮੇਰਾ ਰੁਜ਼ਗਾਰ ਚੱਲਦਾ, ਮੈਨੂੰ ਕ੍ਰਿਕਟ ਨੇ ਨਾਮ ਦਿੱਤਾ, ਮੈਨੂੰ ਕੌਣ ਜਾਣਦਾ ਸੀ। ਘੱਟੋ ਘੱਟ ਬਈ ਜਿੰਨੇ ਕੁ ਜਿੰਨੇ 116 ਬੰਦੇ ਜੁੜੇ ਆ, 116 ਦੇ 16 ਬੰਦੇ ਸਾਰੇ ਬਈ ਆਪਾਂ ਨੂੰ ਨੇੜਿਓ ਜਾਣਨ ਵਾਲੀ ਹੋਣਗੇ, ਮੈਨੂੰ ਲੱਗਦਾ ਘੱਟੋ ਘੱਟ ਕੋਈ ਬੰਦੇ ਨਾਲ ਮਰਾਂ, ਉਹ ਵਾਸਤਾ ਤਾਂ ਹੈ ਹੀ ਨਹੀਂ ਯਾਰ ਬਈ, ਜਿਹੜੇ ਪਿੰਡ ਟੂਰਨਾਮੈਂਟ ਆ ਤਾਂ ਭਾਜੀ ਭਾਜੀ ਕਰਾਂ।
ਚੱਲ ਇਹ ਟੂਰਨਾਮੈਂਟ ਵਾਲਾ ਤਾਂ ਬਈ ਆਪਣਾ ਕੰਮ ਹੀ ਹੈ ਨਾ, ਆ ਜੱਸ ਦਾਦੂ ਵਾਲਾ ਵੀ ਜੁੜਿਆ ਪਾਈ ਸਾਡਾ। ਹਾਂ ਬਈ ਮੇਰੇ 'ਚ ਕਮੀਆਂ ਹੋਣਗੀਆਂ ਠੀਕ ਆ, ਕਮੇਟੀ ਕਹਿੰਦੇ ਯਾਰ ਬਈ ਜਿੰਦਰ ਤੈਨੂੰ ਬੋਲਣਾ ਨਹੀਂ ਆਉਂਦਾ, ਮੈਂ ਕਿਧਰ ਦੇ ਮੈਂ ਜਮਾਂ ਬੋਲਣਾ ਹਟ ਜੂੰ ਬਈ, ਮੈਂ ਉਦੂ ਬਾਅਦ ਮੈਂ ਕਦੇ ਗਰਾਊਂਡ ਦੇ ਵਿੱਚ ਪੈਰ ਵੀ ਨਹੀਂ ਪਾਉਂਦਾ ਬਈ, ਮੈਂ ਸੂਰ ਦਾ ਪੁੱਤ ਹੂੰ, ਜਿੱਦੇ ਮੈਨੂੰ ਕਮੇਟੀ ਨਹੀਂ ਕਹਿਤਾ ਕਿਸੇ ਨੇ, ਜਿਹਦੇ ਕਿਤੇ ਪ੍ਰਬੰਧਕਾਂ ਨੇ ਕਹਿਤਾ। ਪਰ ਆ ਬਈ ਠੇਕੇਦਾਰ ਆ ਨਾ ਜਿਹੜੇ ਮੱਛ ਆ ਕਮਿਸ਼ਨ ਕਮਿਸ਼ਨ ਲੈਂਦੇ, ਜਿਹੜੇ ਪਾਣੀ ਵਾਲਿਆਂ ਤੋਂ ਵੀ ਕਮਿਸ਼ਨਾਂ ਚੱਲਦੀਆਂ ਬਈ ਇਹਨਾਂ ਦੀਆਂ। ਬਈ ਲਾਈਵ ਬਹੁਤ ਵੱਡਾ ਹੋ ਜੂ ਹੈ ਨਾ, ਅਤੇ ਧੰਨਵਾਦ ਬਈ ਸਾਰੇ ਭਰਾਵਾਂ ਦਾ ਨਾ ਜਿਨ੍ਹਾਂ ਨੇ ਸ਼ੇਅਰ ਕੀਤਾ, ਅਤੇ ਬਈ ਵੀਡੀਓ ਡਿਲੀਟ ਨਾ ਮੈਂ ਅੱਜ ਕਰਾਂ ਨਾ ਕਰਾਂ, ਕੱਲ੍ਹ ਇਹ ਪਈ ਰਹੂ, ਕਿਉਂਕਿ ਬੰਦਿਆਂ ਨੂੰ ਸ਼ਰਮ ਆਜੂ ਕਿਸੇ ਗਰੀਬ ਬੰਦੇ ਦਾ ਢਿੱਡ 'ਚ ਲੱਤ ਨਹੀਂ ਮਾਰੀ ਦੀ ਹੁੰਦੀ ਬਈ। ਝੰਡੂ ਕੇ ਬਈ ਆਪਣੇ ਤੁਸੀਂ ਇੱਕ ਵਾਰੀ ਪੋਸਟਪੋਨ ਕਰਤਾ ਸੀਗਾ ਟੂਰਨਾਮੈਂਟ, ਸੰਦੀਪ ਬਈ ਆਪਣੀ ਬਹੁਤ ਟਾਈਮ ਦੀ ਗੱਲ ਹੁੰਦੀ ਹੈ ਬਈ ਬਾਈ ਹੋਣਿਆਂ ਨਾਲ, ਕਿਉਂਕਿ ਬਈ ਮੈਂ ਦੱਸਿਆ ਕਿ ਮੇਰਾ ਕੰਮ ਬਈ ਲੋਕਾਂ ਨਾਲ ਨਹੀਂ ਹੈਗਾ, ਵੀ ਤੇਰੇ ਪਿੰਡ ਟੂਰਨਾਮੈਂਟ ਆ ਤਾਂ ਬਈ ਤੁਹਾਨੂੰ ਭਾਰੀ ਕਹਾਂ। ਮਾਨਸਾ ਖੁਰਦ ਬਈ ਮੈਨੂੰ 2 ਸਾਲ ਹੋ ਗਏ ਟੂਰਨਾਮੈਂਟ ਬਾਬਾ ਸੌਂ ਦਾ ਜੀਜਾਰ ਦੇ ਵਿੱਚ ਹੁੰਦਾ, ਉੱਥੇ ਵੀ ਬਈ ਮੈਨੂੰ ਠੇਕੇਦਾਰਾਂ ਦੀਆਂ ਲੋਕਾਂ ਦੀਆਂ ਗੱਲਾਂ ਦੱਸੀਆਂ ਵੀ ਇੱਥੇ ਹੱਥ ਨੇ ਅੰਗਰੇਜ਼ੀ ਭਾਲਦੇ ਸੀਗੇ, ਪ੍ਰਾਹੁਣਿਆਂ ਵਾਂਗੂ ਸਾਥੋਂ ਸੇਵਾ ਕਰਾਉਂਦੇ ਸੀ। ਟੂਰਨਾਮੈਂਟ ਦਾ ਬਈ ਜਿਹੜਾ ਰੁਜ਼ਗਾਰ ਆ ਨਾ ਯਾਰ, ਮੈਂ ਆਪਣਾ ਯਾਰ ਵੀ ਇੱਕ ਤਾਂ ਬੰਦਾ ਹੁੰਦਾ ਵੀ ਗਰੀਬੀ ਤੋਂ ਆ ਕੇ ਤੰਗਦਸਤੀ ਤੋਂ ਆ ਕੇ ਹਾਰ ਜਾਂਦਾ ਹੁੰਦਾ, ਮੈਂ ਬਈ ਇਸਲਾਮ ਧਰਮ ਨਾਲ ਅਟੈਚ ਆ, ਇਸਲਾਮ ਧਰਮ ਨੂੰ ਮੰਨਦਾ ਹੈ ਨਾ, ਅਤੇ ਸਾਡੇ ਧਰਮ ਦੇ ਵਿੱਚ ਚੰਗੀ ਮਾੜੀ ਤਕਦੀਰ 'ਤੇ ਯਕੀਨ ਲਿਆਉਣਾ ਵੀ ਰੱਬ ਨੂੰ ਮੰਨਣ ਦੇ ਬਰਾਬਰ ਆ, ਚੰਗੀ ਮਾੜੀ ਤਕਦੀਰ ਲਿਖਣ ਵਾਲਾ ਰੱਬ ਆ ਨਾ, ਰੱਬ ਨੇ ਜਿਹੜੇ ਫੈਸਲੇ ਕਰਨੇ ਉਹ ਸਹੀ ਕਰਨੇ ਆ, ਮੈਂ ਆਪਾਂ ਮਰਨ ਵਾਲੇ ਤਾਂ ਹੈ ਹੀ ਨਹੀਂ ਯਾਰ ਵੀ ਮੈਂ ਅੱਕ ਕੇ ਮਰ ਜੂੰ। ਲੋਕਡਾਊਨ ਲੱਗ ਰਿਹਾ ਵੀ ਮੈਂ ਝੋਨਾ ਵੀ ਲਾਇਆ, ਮੈਂ ਨਹੀਂ ਕਹਿੰਦਾ ਸਰ ਕੰਮ ਬਈ ਹਰੇਕ ਬੰਦਾ ਕਰਦਾ ਹੈ ਨਾ, ਪਰ ਜਦੋਂ ਵੀ ਟੂਰਨਾਮੈਂਟ ਚੱਲਦੇ ਕਿਤੇ ਵੱਡੇ ਟੂਰਨਾਮੈਂਟ 'ਤੇ ਜਾਂਦੇ ਹਾਂ, ਭਰਾ ਬਣਦਾ ਬਈ ਮੈਨੂੰ ਰਿਸ਼ਤਾ ਨਾ ਕਰਿਆ ਕਰੋ, ਮੈਂ ਵਿਆਹਿਆ ਹੋਇਆ ਬਈ ਠੀਕ ਆ, ਹੋਰ ਵਾਧੂ ਫਿਰਦੇ ਆ ਉਹਨਾਂ ਨੂੰ ਕਰ ਦਿਓ ਰਿਸ਼ਤਾ ਬਈ ਜਿਹਨੇ ਕਰਨਾ, ਅਤੇ ਧੰਨਵਾਦ ਬਈ ਮੈਂ ਵਿਆਹਿਆ ਹੋਇਆ ਦੱਸ ਦਿੰਦਾ ਬਈ ਮੈਨੂੰ ਰਿਸ਼ਤਾ ਨਾ ਕਰਿਆ, ਇਦੂ ਬਾਅਦ ਜੇ ਇਦੂ ਬਾਅਦ ਕੀਤਾ ਬਈ ਹੁਣ ਤਾਂ ਮੈਂ ਇੱਕ ਬੰਦੇ ਦਾ ਨਾਂ ਲਿਆ, ਬੰਦੇ ਬਹੁਤ ਆ ਲਿਸਟਾਂ 'ਚ, ਸਭ ਤੋਂ ਵੱਧ ਦੁੱਖ ਮੈਨੂੰ ਬਈ ਇਸੇ ਬੰਦੇ ਨੇ ਦਿੱਤਾ ਸੀਗਾ, ਮੈਂ ਤਾਂ ਨਾਂ ਲਿੱਤਾ ਇਹਦਾ। ਅਤੇ ਅੱਗੇ ਤੋਂ ਜਿਹੜੇ ਬੰਦੇ ਹੁਣ ਇਦੂ ਬਾਅਦ ਲੱਤਾਂ ਖਿੱਚਣਗੇ ਨਾ, ਸਿਆਣੇ ਹੋ ਜਾਓ ਬਈ ਠੀਕ ਆ ਨਾ, ਮੈਨੂੰ ਕਿਸੇ 'ਤੇ ਕੋਈ ਲੋੜ ਨਹੀਂ, ਨਾ ਹੀ ਮੈਂ ਕਿਸੇ ਤੋਂ ਮੂੰਗੀ ਲੈਣੀ ਆ, ਆਪਣਾ ਸਿੱਧਾ ਕੰਮ ਕੰਮ ਕਰੋ, ਸਵਾਦ ਲਓ ਉਹਦਾ ਘਰ ਆਓ, ਅਤੇ ਨਾ ਹੀ ਬਈ ਲੋਕਾਂ ਵਾਂਗੂ ਮੈਥੋਂ ਪੈਂਦੀਆਂ ਜੱਫੀਆਂ ਜਾ ਜਾ ਕੇ। ਧੰਨਵਾਦ ਬਈ, ਹੁਣ ਘਰ ਸੌਣ ਲੱਗਿਆ ਸਾਰੇ ਠੀਕ ਆ ਬਈ, ਸਤਿ ਸ਼੍ਰੀ ਅਕਾਲ, ਅਤੇ ਮਾਫੀ ਬਈ ਮੈਂ ਕਿਸੇ ਭੈਣ ਚੋਤੋਂ ਮੰਗਦਾ ਜੀ ਠੀਕ ਆ, ਕਿਉਂਕਿ ਮੈਂ ਗਲਤੀ ਹੈ ਜਿਹੜੀ।